ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ 'ਤੇ। ਅੱਜ ਲਾਈਵ ਸਾਡੇ ਨਾਲ ਹੋਣਗੇ ਡਾਕਟਰ ਨਵਦੀਪ ਸ਼ਰਮਾ ਜੀ, ਜਿਨ੍ਹਾਂ ਦੇ ਨਾਲ ਤੁਸੀਂ ਲਾਈਵ ਕਾਲਸ ਕਰ ਸਕਦੇ ਹੋ ਜੀ। ਨੰਬਰ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ ਸ਼ੋਅ ਦੇ ਜ਼ਰੀਏ, ਕਿਉਂਕਿ ਲਾਈਵ ਚੱਲ ਰਿਹਾ, ਡਾਇਰੈਕਟ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਕੋਈ ਵੀ ਇਸ਼ੂ ਹੈਗਾ ਹੈਲਥ ਨੂੰ ਲੈ ਕੇ। ਅਤੇ ਹੁਣੇ ਹੁਣੇ ਉਹ USA ਦੇ ਵਿੱਚ ਵਿਜ਼ਿਟ ਕਰਕੇ ਆਏ ਨੇ, ਸੋ ਵੈਲਕਮ ਕਰ ਲੈਂਦੇ ਹਾਂ ਜੀ। ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਬਾਕੀ ਗੱਲਾਂ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਇਹ ਦੱਸੋ ਕਿ USA ਦਾ ਟੂਰ ਕਿੱਦਾਂ ਦਾ ਰਿਹਾ? ਦੇਖੋ ਜੀ, ਬਹੁਤ ਹੀ ਵਧੀਆ ਰਿਹਾ, ਔਰ ਸ਼ੁਰੂਆਤ 'ਚ ਹੀ ਮੈਂ ਧੰਨਵਾਦੀ ਹਾਂ ਜੀ ਤੁਹਾਡੀ ਸਾਰੀ ਟੀਮ ਦਾ, ਨਿਊਯਾਰਕ ਦੀ ਵੀ, ਕੈਲੀਫੋਰਨੀਆ ਦੀ ਵੀ। ਉੱਥੇ ਜਾ ਕੇ ਸਭ ਤੋਂ ਪਹਿਲੇ ਤਾਂ ਇਹ ਪਤਾ ਚੱਲਿਆ ਕਿ ਕਿਸ ਤਰ੍ਹਾਂ ਜਸ ਪੰਜਾਬੀ ਨੇ ਸਾਡੇ USA 'ਚ ਰਹਿ ਰਹੇ ਪੰਜਾਬੀਆਂ ਦੇ ਅੰਦਰ ਸੱਭਿਆਚਾਰ ਨੂੰ ਜਿਹੜਾ ਵਾ ਜੀਵਿਤ ਰੱਖਿਆ ਹੋਇਆ, ਅਤੇ ਕਿਸ ਤਰ੍ਹਾਂ ਉਹ ਸਾਡੇ ਸਾਰੇ ਪੰਜਾਬੀਆਂ ਨੂੰ ਜੋੜਨ ਦਾ ਇੱਕ ਬਹੁਤ ਹੀ ਵਧੀਆ ਕੰਮ ਕਰ ਰਿਹਾ ਵਾ। ਬਹੁਤ ਅੱਛਾ ਲੱਗਿਆ ਉੱਥੇ ਜਾ ਕੇ, ਔਰ ਹੈਟਸ ਆਫ ਟੂ ਜਸ ਪੰਜਾਬੀ ਟੀਮ, ਬਹੁਤ ਹੀ ਵਧੀਆ ਕੰਮ ਕਰ ਰਹੇ ਜੀ ਤੁਸੀਂ ਸਾਰੇ ਉੱਥੇ ਜੀ। ਥੈਂਕ ਯੂ ਸੋ ਮਚ ਜੀ, ਜਾਣੀ ਕਿ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਜਾਣਾ ਸਫਲ ਹੋ ਗਿਆ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਅਤੇ ਹੁਣ ਸਰ, ਉੱਥੇ ਬਹੁਤ ਸਾਰੇ ਪੇਸ਼ੈਂਟਸ ਵੀ ਆਏ ਹੋਣਗੇ ਤੁਹਾਡੇ ਕੋਲ, ਹੈ ਨਾ? ਅਤੇ ਜ਼ਿਆਦਾ ਹੈਲਥ ਇਸ਼ੂ ਕਿਹਨੂੰ ਲੈ ਕੇ ਰਹਿੰਦੇ ਨੇ, ਕੀ ਪ੍ਰੋਬਲਮ ਜ਼ਿਆਦਾ ਫੇਸ ਕਰਨੀ ਪੈਂਦੀ? ਦੇਖੋ, ਜਿਹੜੀ ਸਭ ਤੋਂ ਕਾਮਨ ਅਤੇ ਸਭ ਤੋਂ ਸਿੰਪਲ ਕਹੀ ਜਾਣ ਵਾਲੀ ਚੀਜ਼ ਜਿਹੜੀ ਮੈਂ ਉੱਥੇ ਦੇਖੀ ਹੈ, ਸਾਡੇ ਕੋਲ ਮੈਜੋਰਿਟੀ ਆਉਣ ਵਾਲੇ ਜਿਹੜੇ ਮਰੀਜ਼ ਸੀ ਨਾ ਜੀ ਉੱਥੇ, ਉਹ ਪੇਟ ਦੇ ਰੋਗਾਂ ਤੋਂ ਪਰੇਸ਼ਾਨ ਸੀ। ਓਕੇ। ਡਾਈਜੈਸਟਿਵ ਡਿਸਆਰਡਰਸ ਬਹੁਤ ਕਾਮਨ ਸੀ ਉੱਥੇ, ਕਿਸੇ ਨੂੰ ਹਾਈਪਰ ਐਸਿਡਿਟੀ ਸੀ, ਤੇ ਕਿਸੇ ਨੂੰ ਜਿਹੜਾ ਸੀ ਉਹ ਬਲੋਟਿੰਗ ਸੀ, ਐਬਡੋਮੀਨਲ ਡਿਸਟੈਂਸ਼ਨ ਸੀ, ਕੋਈ ਕੌਨਸਟੀਪੇਸ਼ਨ ਤੋਂ ਪਰੇਸ਼ਾਨ ਸੀ, ਕਿਸੇ ਨੂੰ ਭੁੱਖ ਘੱਟ ਲੱਗ ਰਹੀ ਸੀ। ਬੜੀਆਂ ਹੀ ਕਾਮਨ ਸੀ ਡਾਈਜੈਸਟਿਵ ਪ੍ਰੋਬਲਮਸ ਮੇਰੇ, ਉਹਨਾਂ ਸਾਰੇ ਜਿਹੜੇ ਪੰਜਾਬੀ ਨੇ ਜਿਹੜੇ ਮੈਨੂੰ ਉੱਥੇ ਮਿਲੇ ਜਸ ਪੰਜਾਬੀ ਦੇ ਜ਼ਰੀਏ ਜੀ। ਸੋ ਕੀ ਰੀਜ਼ਨ? ਵੈਸੇ ਆਪਾਂ ਦੇਖਦੇ ਹਾਂ ਕਿ USA ਦੀ ਗੱਲ ਕਰੀਏ ਚਾਹੇ ਆਪਾਂ ਕਿਤੇ ਵੀ ਦੇਖੀਏ, ਪੇਟ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇ, ਇਸ਼ੂ ਕਾਫੀ ਜ਼ਿਆਦਾ ਵੱਧਦਾ ਜਾ ਰਿਹਾ, ਅਤੇ ਰੀਜ਼ਨ ਕੀ ਬਣਦੇ ਹੋ ਕਿ ਅੱਜ ਦੇ ਟਾਈਮ 'ਚ ਕੀ ਰੀਜ਼ਨ ਹੈ? ਦੇਖੋ, ਇੱਕ ਰੀਜ਼ਨ ਹੈ ਖਾਣਾ ਖਾਣ ਦੇ ਤਰੀਕੇ ਦਾ ਗਲਤ ਹੋਣਾ। ਆਪਾਂ ਜਿਹੜਾ ਅੱਜ ਖਾਣਾ ਖਾ ਰਹੇ ਹਾਂ ਜੀ, ਆਪਾਂ ਕਿਤੇ ਨਾ ਕਿਤੇ ਖਾਣਾ ਖਾਣ ਦਾ ਪੈਟਰਨ ਠੀਕ ਫੋਲੋ ਨਹੀਂ ਕਰ ਰਹੇ। ਔਰ ਦੂਸਰਾ ਰੀਜ਼ਨ ਹੈ ਖਾਣਾ ਠੀਕ ਤਰੀਕੇ ਦਾ ਨਾ ਲੈਣਾ। ਇਹ ਦੋਨੋਂ ਹੀ ਰੀਜ਼ਨਸ ਉੱਪਰ ਮੈਂ ਸੈਪਰੇਟਲੀ ਗੱਲ ਵੀ ਕਰਾਂਗਾ, ਔਰ ਇੱਕ ਇੱਕ ਕਰਕੇ ਮੈਂ ਡਿਜ਼ੀਜ਼ ਵੀ ਲੈਣੇ ਚਾਹਾਂਗਾ ਜਿਹੜੇ ਡਿਜ਼ੀਜ਼ ਲੋਕੀ ਉੱਥੇ ਸਫ਼ਰ ਕਰ ਰਹੇ ਸੀ। ਬਿਲਕੁਲ। ਅਗਰ ਆਪਾਂ ਖਾਣਾ ਖਾਣ ਦੀ ਗੱਲ ਕਰਦੇ ਹਾਂ, ਦੇਖੋ ਆਯੁਰਵੇਦ 'ਚ ਅੰਨ ਵਿਧੀ ਵਿਧਾਨ ਆਉਂਦੇ ਨੇ। ਊਸ਼ਨਮ ਚਸ਼ਨੀਆਤ ਮਤਲਬ ਖਾਣਾ ਗਰਮ ਖਾਓ, ਸਨਿਗਧਮ ਚਸ਼ਨੀਆਤ ਮਤਲਬ ਖਾਣਾ ਜਦੋਂ ਵੀ ਖਾਓ ਖਾਣੇ 'ਚ ਥੋੜ੍ਹਾ ਜਿਹਾ ਆਇਲ ਯੂਜ਼ ਜ਼ਰੂਰ ਕਰੋ, ਜੀਰਨੇ ਚਸ਼ਨੀਆਤ ਮਤਲਬ ਜਦੋਂ ਪੁਰਾਣਾ ਖਾਣਾ ਪਚ ਚੁੱਕਾ ਵੈ ਤਦ ਹੀ ਅਗਲਾ ਖਾਣਾ ਖਾਣਾ ਵੈ, ਨਾ ਅਤੀ ਦਰੁੱਤਮ ਚਸ਼ਨੀਆਤ ਨਾ ਅਤੀ ਵਿਲੰਬਮ ਚਸ਼ਨੀਆਤ, ਖਾਣਾ ਨਾ ਬਹੁਤ ਹੌਲੀ ਹੌਲੀ ਖਾਓ ਅਤੇ ਨਾ ਹੀ ਬਹੁਤ ਤੇਜ਼ ਤੇਜ਼ ਖਾਓ। ਆਤਮਾਨਮ ਅਭੀ ਸਮੀਖਸ਼ ਚਸ਼ਨੀਆਤ, ਹਮੇਸ਼ਾ ਇਹ ਦੇਖੋ ਕਿ ਤੁਹਾਡੇ ਸਰੀਰ ਵਾਸਤੇ ਕੀ ਚੰਗਾ ਹੈ, ਨਾ ਕਿ ਇਹ ਕਿ ਤੁਹਾਡੇ ਆਲੇ ਦੁਆਲੇ ਵਾਲੇ ਲੋਕ ਕੀ ਖਾ ਰਹੇ ਨੇ। ਐਂਡ ਲਾਸਟ ਜੀਰਨੇ ਚਸ਼ਨੀਆਤ, ਜਦੋਂ ਪਿਛਲਾ ਖਾਣਾ ਪਚ ਗਿਆ ਵੈ ਤਦ ਹੀ ਖਾਣਾ ਖਾਓ, ਇਹ ਨਹੀਂ ਕਿ ਖਾਣੇ ਦਾ ਟਾਈਮ ਹੋ ਗਿਆ ਵੈ ਅਤੇ ਖਾਣਾ ਹੀ ਖਾਣਾ ਵੈ। ਜੇ ਪਿਛਲਾ ਖਾਣਾ ਨਹੀਂ ਪਚਿਆ ਤੁਸੀਂ ਗਰਮ ਪਾਣੀ ਵੀ ਪੀ ਸਕਦੇ ਹੋ, ਖਾਣਾ ਸਕਿੱਪ ਵੀ ਕਰ ਸਕਦੇ ਹੋ। ਇਹ ਅਨਵਿਧੀ ਵਿਧਾਨ ਨੇ ਜਿਹੜੇ ਸਾਡੇ ਸ਼ਾਸਤਰਾਂ 'ਚ ਲਿਖੇ ਗਏ ਨੇ, ਮੈਂ ਦੇਖਿਆ ਕਿ ਬਹੁਤ ਘੱਟ ਹੈ ਜਿਹੜੇ ਅਨਵਿਧੀ ਵਿਧਾਨ ਨੇ ਫੋਲੋ ਹੋ ਰਹੇ ਨੇ। ਬਿਲਕੁਲ, ਉਹੀ ਇੱਕ ਮੇਜਰ ਰੀਜ਼ਨ ਹੈ ਜੀ। ਬਿਲਕੁਲ, ਅਸੀਂ ਹਮੇਸ਼ਾ ਗੱਲ ਕਰਦੇ ਕਿ ਲਾਈਫ ਸਟਾਈਲ, ਖਾਣ ਪੀਣ ਦਾ ਤਰੀਕਾ ਬਿਲਕੁਲ ਚੇਂਜ ਹੋ ਗਿਆ। ਸੋ ਸਰ, ਕਾਲ ਲੈ ਲੈਂਦੇ ਹਾਂ ਪਹਿਲਾਂ। ਹਾਂਜੀ ਹਾਂਜੀ। ਹੈਲੋ 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 ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਕੌਣ ਗੱਲ ਕਰ ਰਹੇ ਹੋ ਤੇ ਕੀ ਪੁੱਛਣਾ ਚਾਹੋਗੇ? ਮੈਂ ਹੈਲੋ ਹਾਂਜੀ, ਟੀਵੀ ਦੀ ਆਵਾਜ਼ ਘੱਟ ਕਰ ਦਿਓ ਜੀ ਤੇ ਫੋਨ ਤੇ ਗੱਲ ਸੁਣੋ। ਹਾਂਜੀ ਹਾਂਜੀ ਜੀ ਹਾਂਜੀ ਜੀ, ਟੀਵੀ ਤੇ ਆਵਾਜ਼ ਨਾ ਸੁਣਨ ਦੀ ਕੋਸ਼ਿਸ਼ ਕਰੋ ਕਿਉਂਕਿ ਲੇਟ ਆਏਗੀ। ਹਾਂਜੀ, ਮੈਂ ਡਾਕਟਰ ਨਵਦੀਪ ਤੋਂ ਪੁੱਛਣਾ ਚਾਹੁੰਦੀ ਹਾਂ ਜੀ। ਪੁੱਛੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੇਰੇ ਨਾ ਗੋਡਿਆਂ 'ਚ ਥੈਰਸ ਆ। ਠੀਕ ਹੈ ਜੀ, ਗੋਡਿਆਂ 'ਚ? ਹਾਂਜੀ ਗੋਡਿਆਂ 'ਚ। ਗੋਡਿਆਂ 'ਚ ਕੀ ਹੋ ਰਿਹਾ ਜੀ? ਪੇਨ ਹੋ ਰਹੀ ਹੈ, ਕੀ ਹੈ ਗੋਡਿਆਂ 'ਚ? ਪੇਨ ਤਾਂ ਨਹੀਂ, ਇੰਨੀ ਹੁੰਦੀ, ਆਕੜ ਜਾਂਦੇ ਆ ਜਦੋਂ ਮੈਂ ਖੜਦੀ ਆ ਤੁਰਦੀ ਆ, ਆਕੜ ਜਾਂਦੇ ਆ। ਤੁਹਾਡਾ ਭਾਰ ਕਿੰਨਾ ਕੁ ਹੈ ਜੀ? ਭਾਰ ਮੇਰਾ 173 ਪਾਉਂਡ ਆ ਜੀ। ਦੇਖੋ, ਇੱਕ ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਥੋੜੀ ਚੀਨੀ ਘਟਾ ਕੇ ਆਪਣਾ ਥੋੜਾ ਜਿਹਾ ਭਾਰ ਘਟਾਣਾ ਹੈ। ਠੀਕ ਹੈ ਜੀ। ਹਾਂਜੀ। ਦੂਜਾ ਆਪਾਂ ਇੱਕ ਕੋਸ਼ਿਸ਼ ਕਰਨੀ ਹੈ, ਦੇਖੋ ਜਦੋਂ ਵੀ ਤੁਸੀਂ ਬਹਿਣਾ ਵਾ ਨਾ ਜੀ, ਤੇ ਕੋਸ਼ਿਸ਼ ਕਰਨੀ ਹੈ ਕਿ ਤੁਹਾਡਾ ਗੋਡਾ, ਤੁਹਾਡੀ ਲੱਤ ਥੋੜੀ ਜਿਹੀ ਬਾਹਰ ਕੱਢ ਕੇ ਬਹਿਣੀ ਹੈ। ਆਮ ਤੌਰ ਤੇ ਜਦੋਂ ਆਪਾਂ ਕੁਰਸੀ ਤੇ ਬਹਿੰਦੇ ਆ, ਕਿਸੇ ਵੀ ਚੀਜ਼ ਤੇ ਬਹਿੰਦੇ, ਸਾਡੀ ਕੋਸ਼ਿਸ਼ ਹੁੰਦੀ ਹੈ ਆਪਣੀਆਂ ਲੱਤਾਂ ਅੰਦਰ ਨੂੰ ਮੋੜ ਕੇ ਆਪਾਂ ਬਹਿੰਦੇ ਆ। ਜਦੋਂ ਆਪਾਂ ਆਪਣੀਆਂ ਲੱਤਾਂ ਅੰਦਰ ਨੂੰ ਮੋੜਦੇ ਆ, ਸਾਡੀਆਂ ਦੋਨੋਂ ਜਿਹੜੀਆਂ ਹੱਡੀਆਂ ਨੇ ਲੱਤ ਦੀਆਂ ਆਪਸ 'ਚ ਰਗੜ ਖਾਂਦੀਆਂ ਨੇ, ਜਿਹਦੇ ਕਰਕੇ ਗੋਡਾ ਸੁੱਜਦਾ ਵੈ। ਇੱਕ ਤੇ ਕੋਸ਼ਿਸ਼ ਕਰਨੀ ਆ ਜਦੋਂ ਵੀ ਬੈਠਣਾ ਵੈ, ਲੱਤ ਬਾਹਰ ਕੱਢ ਕੇ ਬਹਿਣਾ ਵੈ।
ਦੂਜੀ ਕੋਸ਼ਿਸ਼ ਕਰਨੀ ਹੈ ਲੰਮੀ ਲੰਮੀ ਨਾ ਵੀ ਪੂਰੀ ਕਰੋ, ਬਾਹਰ ਨੂੰ ਕੱਢ ਲਓ, ਮਤਲਬ 90 ਡਿਗਰੀ ਤੋਂ ਛੋਟਾ ਐਂਗਲ ਨਹੀਂ ਕਰਨਾ ਤੁਸੀਂ ਲੱਤ ਦਾ, ਮਤਲਬ ਜੇ ਆਪਾਂ ਅੰਦਰ ਨੂੰ ਮੋੜ ਰਹੇ ਹਾਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਬਾਹਰ ਕੱਢ ਕੇ, ਮਾੜੀ ਜੀ ਤੁਸੀਂ ਲੱਤ ਨੂੂੰ ਬਾਹਰ ਨੂੰ ਕੱਢ ਕੇ ਰੱਖੋ, ਠੀਕ ਹੈ ਜੀ। ਇੱਕ ਤਾਂ ਤੁਸੀਂ ਇਹ ਕੋਸ਼ਿਸ਼ ਕਰਨੀ ਹੈ, ਦੂਸਰੀ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਘਰ 'ਚ ਦੇਖੋ ਆਮ ਸਾਡੇ ਕੋਲ ਕਿਚਨ 'ਚ ਮੇਥਰੇ ਪਏ ਹੁੰਦੇ ਨੇ, ਮੇਥਰਿਆਂ ਨੂੰ ਮੇਥਰਿਆਂ ਨੂੰ ਥੋੜ੍ਹਾ ਜਿਹਾ ਪੀਸ ਲਓ ਜੀ, ਮੇਥਰਿਆਂ ਨੂੰ ਪੀਸ ਕੇ ਇੱਕ ਨੋਰਮਲ ਕਿਸੇ ਵੀ ਗਰਮ ਕੱਪੜੇ 'ਚ ਬੰਨ ਕੇ ਰੋਜ਼ ਰਾਤੀ ਸੌਣ ਲੱਗਿਆ ਨਾ ਤੁਸੀਂ ਆਪਣੇ ਗੋਡੇ ਦੇ ਆਸੇ ਪਾਸੇ ਬੰਨ ਲਿਆ ਕਰੋ, ਠੀਕ ਹੈ। ਹਾਂਜੀ ਹਾਂਜੀ ਹਾਂਜੀ, ਸਵੇਰੇ ਤੁਸੀਂ ਉਹ ਕੱਪੜਾ ਖੋਲ੍ਹ ਸਕਦੇ ਹੋ, ਉਹਦੇ ਨਾਲ ਮੇਥਰੇ ਇੱਕ ਚੰਗੀ ਗਰਮਾਹਟ ਤੁਹਾਡੀ ਜਿਹੜੀ ਹੈ ਗੋਡੇ ਨੂੰ ਦੇਣਗੇ, ਅਤੇ ਉਹਦੇ ਨਾਲ ਤੁਹਾਡਾ ਜਿਹੜਾ ਗੋਡਾ ਉਹ ਘੱਟ ਦਰਦ ਕਰੇਗਾ, ਸੁੱਜੇਗਾ ਵੀ ਘੱਟ, ਉਹਦੇ 'ਚ ਜਕੜਾਹਟ ਵੀ ਘਟੇਗੀ। ਤੀਜੀ ਚੀਜ਼ ਕੋਸ਼ਿਸ਼ ਕਰਨੀ ਹੈ ਆਪਾਂ ਕਿ ਆਪਾਂ ਗਰਮ ਪਾਣੀ ਪੀਵੀਏ, ਦਿਨ 'ਚ ਜਿੰਨੀ ਵਾਰੀ ਗਰਮ ਪਾਣੀ ਪੀਓਗੇ ਤੁਹਾਡੇ ਵਾਸਤੇ ਉਨਾ ਹੀ ਚੰਗਾ, ਤੁਸੀਂ ਇਹ ਚੀਜ਼ਾਂ ਕਰੋ ਤੁਹਾਨੂੰ ਫਾਇਦਾ ਮਿਲੇਗਾ ਇਹਦੇ ਨਾਲ। ਬਿਲਕੁਲ ਜੀ, ਠੀਕ ਹੈ ਜੀ। ਸੋ ਫਿਰ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ, ਡਾਕਟਰ ਨਵਦੀਪ ਸ਼ਰਮਾ ਜੀ 15 ਅਗਸਤ ਤੋਂ ਬਾਅਦ ਤੁਸੀਂ ਵਾਪਸ ਵਿਜ਼ਿਟ ਕਰ ਰਹੇ ਹੋ ਨਾ? ਬਿਲਕੁਲ ਜੀ, 15 ਅਗਸਤ ਤੋਂ ਬਾਅਦ ਮੈਂ ਦੁਬਾਰਾ US ਆ ਰਿਹਾ ਹਾਂ, ਤੁਸੀਂ ਮੈਨੂੰ ਮਿਲ ਵੀ ਸਕਦੇ ਹੋ ਜੀ। ਬਿਲਕੁਲ ਜੀ, 15 ਅਗਸਤ ਤੋਂ ਬਾਅਦ ਦੁਬਾਰਾ ਵਿਜ਼ਿਟ ਕਰਨਗੇ USA ਦੇ ਵਿੱਚ, ਫਿਰ ਤੋਂ ਜਿਹੜੇ ਸਾਡੇ ਵਿਅਰਸ ਨੇ ਇੱਕ ਵਾਰ ਮਿਲ ਸਕਦੇ, ਕੋਈ ਵੀ ਹੈਲਥ ਇਸ਼ੂ ਹੈਗਾ ਉਹਦੇ ਲਈ ਪਹਿਲਾਂ ਅਪੁਆਇੰਟਮੈਂਟ ਫਿਕਸ ਕਰਵਾ ਲੈਣਾ, ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ, ਕਿਉਂਕਿ ਬਹੁਤ ਸਾਰੇ ਹੋਰ ਵੀ ਪੇਸ਼ੈਂਟ ਹੁੰਦੇ ਨੇ ਡਾਇਰੈਕਟ ਮਿਲਿਆ ਨਹੀਂ ਜਾ ਸਕਦਾ, ਸੋ ਤੁਸੀਂ ਅਪੁਆਇੰਟਮੈਂਟ ਫਿਕਸ ਕਰਵਾ ਕੇ ਫਿਰ ਮਿਲ ਸਕਦੇ ਹੋ ਜੀ, ਕੋਈ ਵੀ ਹੈਲਥ ਇਸ਼ੂ ਲੈ ਕੇ ਆ ਸਕਦੇ ਹੋ। ਅਗਲੇ ਕਾਲਰ, ਹੈਲੋ 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 ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕੀ ਪੁੱਛਣਾ ਚਾਹੋਗੇ? ਪੁੱਛਣਾ ਚਾਹਤੇ ਕਿ ਮੇਰੀ ਮੰਮਾ ਤਾਂ ਵਾਲ ਬਹੁਤ ਕਰਦੇ ਹੈਗੇ ਨੇ। ਓਕੇ, ਠੀਕ ਹੈ। ਹਾਂਜੀ, ਦੇਖੋ ਜੀ, ਇੱਕ ਉਹਨਾਂ ਦੀ ਜਿਹੜੀ ਏਜ ਹੈ 40 ਪਲੱਸ ਹੈ ਕਿ 40 ਤੋਂ ਘੱਟ ਹੈ? 40 ਪਲੱਸ ਹੈ ਜੀ। ਇੱਕ ਤੇ ਆਪਾਂ ਕੋਸ਼ਿਸ਼ ਕਰਨੀ ਹੈ, ਜਦੋਂ 40 ਪਲੱਸ ਇੱਕ ਫੀਮੇਲ ਕ੍ਰੋਸ ਕਰ ਜਾਂਦੀ ਹੈ ਤੇ ਬੋਡੀ 'ਚ ਨਾ ਐਸਟ੍ਰੋਜਨ ਲੈਵਲ ਘੱਟ ਜਾਂਦਾ ਵਾ, ਆਪਾਂ ਕੋਸ਼ਿਸ਼ ਕਰਨੀ ਹੈ ਕਿ ਸੋਇਆਬੀਨ ਰੋਜ਼ ਉਹਨਾਂ ਨੂੰ ਖਾਣ ਨੂੰ ਦੇਣੀ ਹੈ। ਐਸਟ੍ਰੋਜਨ ਦਾ ਘਟਣਾ ਵੀ ਵਾਲਾਂ ਦੇ ਝੜਨ ਦਾ ਇੱਕ ਕਾਰਨ ਹੈ, ਤੁਸੀਂ ਕੋਸ਼ਿਸ਼ ਕਰੋ ਕਿ ਡੇਲੀ ਉਹਨਾਂ ਨੂੰ ਸੋਇਆਬੀਨ ਰਾਤੀ ਭਿਉਂ ਕੇ ਉਹਦੇ ਸਪਰਾਊਟਸ ਦੇ ਸਕਦੇ ਹੋ, ਜਾਂ ਹਫ਼ਤੇ 'ਚ 2 ਵਾਰੀ ਜਾਂ 3 ਵਾਰੀ ਸੋਇਆਬੀਨ ਦੀ ਸਬਜ਼ੀ ਦੇ ਸਕਦੇ ਹੋ। ਇਹ ਤਾਂ ਹੋ ਗਈ ਖਾਣ ਦੀ ਗੱਲ, ਹੁਣ ਲਗਾਉਣ ਦੀ ਅਗਰ ਆਪਾਂ ਗੱਲ ਕਰਦੇ ਹਾਂ, ਜਿਹੜੀ ਕਲੌਂਜੀ ਹੈ ਜਿਹਨੂੰ ਆਪਾਂ ਪਿਆਜ਼ ਦੇ ਬੀਜ ਵੀ ਕਹਿੰਦੇ ਹਾਂ, ਕੋਸ਼ਿਸ਼ ਕਰੋ ਕਿ ਕਲੌਂਜੀ ਨੂੰ ਤੁਸੀਂ ਪਾਣੀ 'ਚ ਭਿਉਂ ਦੇਵੋ ਰਾਤੀ, ਔਰ ਸਵੇਰੇ ਉਹ ਵਾਲੇ ਪਾਣੀ ਦੇ ਨਾਲ ਸਿਰ ਧੋਵੋ, ਕਲੌਂਜੀ ਵਾਲੇ ਪਾਣੀ ਦੇ ਨਾਲ, ਠੀਕ ਹੈ। ਹਾਂ, ਇਹ ਦੋ ਚੀਜ਼ਾਂ ਤੁਸੀਂ ਉਹਨਾਂ ਵਾਸਤੇ ਕਰੋ। ਨਿਊਟ੍ਰੀਸ਼ਨ ਦਾ ਜ਼ਰੂਰ ਧਿਆਨ ਰੱਖੋ, ਬੜੀ ਵਾਰੀ ਕੀ ਹੁੰਦਾ ਕਿ ਆਪਾਂ ਬੈਲੈਂਸਡ ਡਾਇਟ ਨਹੀਂ ਖਾ ਰਹੇ ਹੁੰਦੇ, ਔਰ ਆਪਾਂ ਸੋਚਦੇ ਹਾਂ ਸਾਡੇ ਵਾਲ ਕਿਉਂ ਝੜ ਰਹੇ ਨੇ, ਉਹਨਾਂ ਦੀ ਇਸ ਏਜ ਦੇ ਅੰਦਰ ਉਹਨਾਂ ਨੂੰ ਇੱਕ ਬੈਲੈਂਸ ਡਾਇਟ, ਪ੍ਰੋਟੀਨਸ ਜ਼ਰੂਰ ਚਾਹੀਦੇ ਨੇ, ਕੋਸ਼ਿਸ਼ ਕਰੋ ਕਿ ਸਰੀਰ 'ਚ ਜਿੰਨਾ ਪ੍ਰੋਟੀਨ ਚਾਹੀਦਾ ਉਹ ਜ਼ਰੂਰ ਲੈਣ। ਦੂਸਰਾ ਵਿਟਾਮਿਨ ਈ, ਵਿਟਾਮਿਨ ਈ ਲੈਣ ਦਾ ਸਭ ਤੋਂ ਚੰਗਾ ਤਰੀਕਾ ਜੀ, ਜਿਹੜੀ ਸਾਡੇ ਘਰ 'ਚ ਕਣਕ ਆਪਾਂ ਬੀਜੀਏ, ਜੇਕਰ ਕਣਕ ਨੂੰ ਤੁਸੀਂ ਗਮਲੇ 'ਚ ਬੀਜ ਸਕਦੇ ਹੋ, ਔਰ ਉਸ ਕਣਕ ਦੇ ਛੋਟੇ ਛੋਟੇ ਪੌਦਿਆਂ ਦਾ ਰਸ ਉਹਨਾਂ ਨੂੰ ਪਿਲਾ ਸਕਦੇ ਹੋ, ਵਿਟਾਮਿਨ ਈ ਦਾ ਸਭ ਤੋਂ ਬੈਸਟ ਜਿਹੜਾ ਵਾ ਸੋਰਸ ਹੈਗਾ ਵਾ। ਇਹ ਤੁਸੀਂ ਕੁਝ ਚੀਜ਼ਾਂ ਉਹਨਾਂ ਦੇ ਕੇਸ 'ਚ ਕਰੋ, ਉਹਨਾਂ ਦੇ ਵਾਲ ਵੀ ਝੜਨੋਂ ਰੁਕਣਗੇ ਤੇ ਵੈਸੇ ਵੀ ਉਹਨਾਂ ਦੇ ਸਰੀਰ ਨੂੰ ਕਾਫੀ ਫਾਇਦਾ ਮਿਲੇਗਾ ਇਹਦੇ ਨਾਲ। ਓਕੇ ਜੀ, ਬਿਲਕੁਲ ਜੀ, ਸਾਡੀਆਂ ਸਾਰੀਆਂ ਦੀਆਂ ਸਾਰੀਆਂ ਮੈਡੀਸਿਨ ਜਿਹੜੀਆਂ ਨੇ US 'ਚ ਅਵੇਲੇਬਲ ਨੇ, US ਦੇ ਅਲੱਗ ਅਲੱਗ ਜਗ੍ਹਾਵਾਂ ਤੇ, ਔਰ 48 ਆਵਰਸ ਡਿਲੀਵਰੀ ਹੈ ਸਾਡੀ ਥਰੂ ਆਊਟ US 'ਚ। ਔਰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਲਾਸਟ ਟਾਈਮ ਵੀ ਜਦੋਂ ਮੈਂ ਗਿਆ, ਬੜਾ ਪ੍ਰੇਮ ਮਿਲਿਆ ਦਰਸ਼ਕਾਂ ਦਾ, ਲੇਕਿਨ ਸਾਨੂੰ ਇਹ ਪ੍ਰੋਬਲਮ ਆਈ ਕਿ ਬਹੁਤ ਸਾਰੇ ਲੋਕ ਸੀ, ਬਟ ਕਿਉਂਕਿ ਪ੍ਰੀ ਅਪੁਆਇੰਟਮੈਂਟ ਫਿਕਸ ਨਹੀਂ ਸੀ, ਬੜੀ ਮੁਸ਼ਕਿਲ ਪਈ ਇਸ ਚੀਜ਼ 'ਚ, ਬੜੇ ਸਾਰੇ ਪੇਸ਼ੈਂਟਸ ਨੂੰ ਆਪਾਂ ਮਿਲ ਹੀ ਨਹੀਂ ਪਾਏ ਪ੍ਰੋਪਰ ਤਰੀਕੇ ਦੇ ਨਾਲ। ਮੈਂ ਚਾਹਾਂਗਾ ਕਿ ਕੋਈ ਵੀ ਪੇਸ਼ੈਂਟ, ਕਿਉਂਕਿ 15 ਤੋਂ ਬਾਅਦ ਮੈਂ ਦੁਬਾਰਾ 15 ਅਗਸਤ ਤੋਂ ਬਾਅਦ ਮੈਂ ਉੱਥੇ ਜਾ ਰਿਹਾ ਹਾਂ, ਅਗਰ ਕੋਈ ਵੀ ਪੇਸ਼ੈਂਟ ਕਿਸੇ ਵੀ ਚੀਜ਼ ਦੇ ਅੰਦਰ ਦਿਖਾਉਣਾ ਚਾਹੁੰਦਾ ਵੈ, ਇਹ ਜਿਹੜੇ ਹੈਲਪਲਾਈਨ ਨੰਬਰਸ ਨੇ ਇਹਨਾਂ ਉੱਪਰ ਜਿਹੜੇ ਮੇਰੇ ਡਾਕਟਰਸ ਨੇ ਉਹ ਅਵੇਲੇਬਲ ਨੇ ਹਿਸਟਰੀ ਟੇਕਿੰਗ ਵਾਸਤੇ, ਉਹਨਾਂ ਦੀ ਪੂਰੀ ਹਿਸਟਰੀ ਜਿਹੜੀ ਉਹ ਕੰਪਾਈਲ ਕਰ ਲਈ ਜਾਏਗੀ, ਤਾਂ ਕਿ ਜਦੋਂ ਮੈਂ ਉਹਨਾਂ ਨੂੰ ਮਿਲਾਂ ਪੇਸ਼ੈਂਟਸ ਨੂੰ ਤਾਂ ਅੱਛੀ ਸਲਾਹ ਦੇ ਸਕਾਂ ਪੇਸ਼ੈਂਟਸ। ਬਿਲਕੁਲ, ਕਿਉਂਕਿ ਬਹੁਤ ਜ਼ਿਆਦਾ ਜਦੋਂ ਪੇਸ਼ੈਂਟ ਇੱਕਦਮ ਇਕੱਠੇ ਹੋ ਜਾਂਦੇ ਨੇ ਫਿਰ ਅੱਛੇ ਤਰੀਕੇ ਦੇ ਨਾਲ ਮਿਲਿਆ ਨਹੀਂ ਜਾ ਸਕਦਾ। ਸੋ ਪ੍ਰੋਪਰ ਜੀ, ਜਾਣ ਤੋਂ ਪਹਿਲਾਂ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹ ਨੰਬਰ ਨੋਟ ਕਰਕੇ ਰੱਖ ਲਓ, ਇਹਨਾਂ 'ਤੇ ਅਪੁਆਇੰਟਮੈਂਟ ਫਿਕਸ ਜ਼ਰੂਰ ਕਰਵਾ ਲਿਓ, ਫਿਰ ਮਿਲਣ ਪਹੁੰਚਿਓ ਕੋਈ ਵੀ ਇਸ਼ੂ ਹੈਗਾ। ਬਾਕੀ ਗੱਲ ਇਹ ਹੈ ਕਿ ਸੈਂਟਰਸ ਹੈਗੇ ਨੇ USA ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ, ਐਰੀਜ਼ੋਨਾ, ਨਿਊਯਾਰਕ ਦੇ ਵਿੱਚ ਹੈਗਾ, ਸ਼ੇਅਰਟਲ ਦੇ ਵਿੱਚ ਹੈਗਾ, ਹੋਰ ਵੀ ਪ੍ਰੋਪਰ ਜਿਹੜਾ ਐਡਰੈਸ ਤੁਸੀਂ
ਤੁਸੀਂ ਲੈ ਸਕਦੇ ਹੋ ਜੀ ਜੋ ਰਬਰ ਫਲੈਸ਼ ਹੋ ਰਹੇ ਨੇ ਉਹਨਾਂ ਸੈਂਟਰਸ ਤੇ ਪੂਰੀ ਐਕਸਪਰਟ ਟੀਮ ਹੁੰਦੀ ਆ ਉਹਨਾਂ ਨੂੰ ਤੁਸੀਂ ਜਾ ਕੇ ਮਿਲ ਸਕਦੇ ਹੈਗੇ ਹੋ ਅਦਰਵਾਈਜ਼ ਕੋਈ ਮੈਡੀਸਿਨ ਮੰਗਵਾਉਣੀ ਆ ਕੋਈ ਵੀ ਇਸ਼ੂ ਆ ਜੋ USA ਤੋਂ ਬਾਹਰ ਦੇ ਸਾਡੀ ਆਡੀਅੰਸ ਸਾਨੂੰ ਦੇਖ ਰਹੀ ਹੈ ਉਹ ਵੀ ਲਗਾਤਾਰ ਜੋ ਹੈਲਪਲਾਈਨ ਨੰਬਰ ਜਿਹੜੇ ਨੇ ਉਹ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਕਾਲ ਕਰਕੇ ਆਪਣੀ ਪ੍ਰੋਬਲਮ ਜਿਹੜੀ ਆ ਉਹ ਡਿਸਕਸ ਕਰੋ ਅਤੇ ਉਸ ਤੋਂ ਬਾਅਦ ਮੈਡੀਸਿਨ ਘਰ ਬੈਠੇ ਵੀ ਤੁਹਾਨੂੰ ਪਹੁੰਚਾਈ ਜਾ ਸਕਦੀ ਆ ਸੋ ਸਰ ਅਗਲੇ ਕਾਲਰ ਲੈ ਲੈਂਦੇ ਹਾਂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਕੀ ਪੁੱਛਣਾ ਚਾਹੋਗੇ ਮੈਮ ਮੈਂ ਪੁੱਛਣਾ ਡਾਕਟਰ ਸਾਹਿਬ ਨੂੰ ਮੇਰੀ ਸੱਸ ਕਾਲ ਜੀ ਮੈਂ ਪੁੱਛਣਾ ਸੀ ਕਿ ਮੇਰੀ ਬੇਟੀ ਦਾ ਨਾ ਗਰਦਨ ਵਿੱਚ ਦਰਦ ਹੁੰਦੀ ਹੈ ਠੀਕ ਹੈ ਜੀ ਜੀ ਕਾਫੀ ਉਹਦੇ ਬੈਕ ਵਿੱਚ ਦਰਦ ਹੁੰਦ
ਹੁੰਦੀ ਹੈ ਫੀਮੇਲਸ ਦੇ ਅੰਦਰ, ਉਸ ਕੇਸ 'ਚ ਵੀ ਜਿਸ ਤਰ੍ਹਾਂ ਮੈਂ ਹੁਣੇ ਗੱਲ ਕਰ ਰਿਹਾ ਸੀ, ਆਸਟ੍ਰੋਜਨ ਦਾ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਵੈ। ਜਦੋਂ ਆਸਟ੍ਰੋਜਨ ਦਾ ਲੈਵਲ ਘਟਣਾ ਸ਼ੁਰੂ ਹੁੰਦਾ ਵੈ, ਸਭ ਤੋਂ ਪਹਿਲਾ ਨੁਕਸਾਨ ਇੱਕ ਫੀਮੇਲ ਨੂੰ ਇਹਦਾ ਹੁੰਦਾ ਵੈ ਕਿ ਬੋਨਸ ਦੇ ਅੰਦਰ ਜਿਹੜਾ ਕੈਲਸ਼ੀਅਮ ਹੈ ਨਾ, ਉਹਦੀ ਘਾਟ ਹੋਣੀ ਸ਼ੁਰੂ ਹੋ ਜਾਂਦੀ ਹੈ। ਆਪਾਂ ਉਹਨਾਂ ਦੀ ਬੋਨਸ 'ਚ ਕੈਲਸ਼ੀਅਮ ਪੂਰਾ ਕਰਨਾ ਵੈ। ਆਯੁਰਵੇਦ ਦੀ ਅਗਰ ਆਪਾਂ ਗੱਲ ਕਰਦੇ ਹਾਂ, ਅਗਰ ਆਪਾਂ ਘਰੇਲੂ ਚੀਜ਼ ਦੀ ਗੱਲ ਕਰੀਏ, ਤੁਸੀਂ 100 ਗ੍ਰਾਮ ਸੁੰਡ ਲੈ ਲਓ ਜੀ। 100 ਗ੍ਰਾਮ ਸੁੰਡ ਦੇ ਵਿੱਚ ਤੁਸੀਂ ਪਾ ਲਵੋ ਤਕਰੀਬਨ 200 ਗ੍ਰਾਮ ਮੇਥਰੇ, 50 ਗ੍ਰਾਮ ਅਲਸੀ, ਇਹਨਾਂ ਤਿੰਨਾਂ ਚੀਜ਼ਾਂ ਨੂੰ ਪੀਸ ਲਓ ਜੀ। ਪੀਸ ਕੇ ਤੁਸੀਂ ਇਹਦਾ ਮਿਕਸਚਰ ਬਣਾ ਕੇ ਰੱਖ ਲੈਣਾ, ਅਤੇ ਚਮਚੇ ਦਾ ਚੌਥਾ ਹਿੱਸਾ ਇਹਨਾਂ ਨੂੰ ਰੋਜ਼ ਤੁਸੀਂ ਖਾਣ ਨੂੰ ਦੇਣਾ ਵੈ। ਠੀਕ ਹੈ, ਇਹ ਚੀਜ਼ ਜਿਹੜੀ ਹੈ ਇਹਨਾਂ ਦੀ ਬੋਨਸ 'ਚ ਕੈਲਸ਼ੀਅਮ ਦੀ ਡੈਪੋਜੀਸ਼ਨ ਜਿਹੜੀ ਹੈ ਉਹਨੂੰ ਇੰਪਰੂਵ ਕਰੇਗੀ। ਦੂਸਰਾ, ਕੋਸ਼ਿਸ਼ ਕਰੋ ਦਿਨ 'ਚ ਘੱਟੋ ਘੱਟ 1/2 ਘੰਟਾ ਉਹ ਧੁੱਪ ਜ਼ਰੂਰ ਸੇਕਣ। ਧੁੱਪ ਬਹੁਤ ਤੇਜ਼ ਨਾ ਹੋਏ, ਸ਼ਾਮ ਦੀ ਧੁੱਪ ਜਾਂ ਸਵੇਰ ਵਾਲੀ ਧੁੱਪ ਸਾਡੀ ਬੋਨਸ ਅੰਦਰ ਜਿਹੜਾ ਵਾ ਕੈਲਸ਼ੀਅਮ ਦੀ ਐਬਜ਼ੋਰਪਸ਼ਨ ਨੂੰ ਵਧਾਉਂਦੀ ਹੈ। ਥਰਡ ਚੀਜ਼ ਜਿਹੜੀ ਮੈਂ ਆਲਰੇਡੀ ਹੁਣੇ ਪ੍ਰੋਗਰਾਮ 'ਚ ਦੱਸੀ, ਸੋਇਆਬੀਨ ਦੇ ਸਪਰਾਊਟਸ ਉਹਨਾਂ ਵਾਸਤੇ ਬਹੁਤ ਹੀ ਚੰਗੇ ਨੇ। ਇਸ ਤੋਂ ਇਲਾਵਾ ਆਯੁਰਵੇਦ ਦੇ ਅੰਦਰ ਇੱਕ ਆਉਂਦਾ ਵਾ ਮਿਨਰਲ ਆਉਂਦਾ ਜਿਹਦਾ ਨਾਮ ਹੈ ਗੋਦੰਤੀ। ਗੋਦੰਤੀ ਬੜੀ ਈਜ਼ੀਲੀ ਮਾਰਕੀਟ 'ਚ ਬੜੀ ਈਜ਼ੀਲੀ ਅਵੇਲੇਬਲ ਹੈ ਜੀ। ਗੋਦੰਤੀ ਉਹਨਾਂ ਵਾਸਤੇ ਬਹੁਤ ਅੱਛੀ ਚੀਜ਼ ਹੈ, ਉਹ ਤੁਸੀਂ ਨਾਲ ਉਹਨਾਂ ਨੂੰ ਗਰਮ ਪਾਣੀ ਨਾਲ ਦੇ ਸਕਦੇ ਹੋ ਜੀ। ਠੀਕ ਹੈ ਜੀ, ਕਿਸੇ ਵੀ ਇੱਕ ਟਾਈਮ ਕੋਸੇ ਪਾਣੀ ਦੇ ਨਾਲ ਕੋਈ ਵੀ ਇੱਕ ਟਾਈਮ ਰੱਖ ਸਕਦੇ ਆ ਜੀ। ਠੀਕ ਹੈ ਜੀ, ਚਮਚੇ ਦਾ ਚੌਥਾ ਹਿੱਸਾ ਮਤਲਬ ਕਿ 1/4 ਨਾਰਮਲ ਸਪੂਨ ਦਾ 1/4। ਠੀਕ ਹੈ, ਹਾਂਜੀ, ਓਕੇ, ਥੈਂਕ ਯੂ ਜੀ। ਬਾਕੀ ਕੋਈ ਵੀ ਹੋਰ ਇਸ਼ੂ ਹੈਗਾ ਆ, ਜੇਕਰ ਨਹੀਂ ਪ੍ਰੋਬਲਮ ਸੋਲਵ ਹੁੰਦੀ ਤਾਂ ਇਹ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ ਨੂੰ ਨੋਟ ਕਰਕੇ ਰੱਖ ਲਓ, ਕਾਲ ਕਰ ਲਓ, ਮੈਡੀਸਿਨ ਮੰਗਵਾਉਣੀ ਸੈਂਟਰਸ ਦੇ ਵਿੱਚ ਵਿਜ਼ਿਟ ਕਰਨਾ, ਅਤੇ 15 ਅਗਸਤ ਤੋਂ ਜੇਕਰ ਤੁਸੀਂ ਡਾਕਟਰ ਸਾਹਿਬ ਨੂੰ ਮਿਲਣਾ ਹੈਗਾ ਤਾਂ ਵੀ ਅਪੋਇੰਟਮੈਂਟ ਫਿਕਸ ਕਰਵਾ ਸਕਦੇ ਹੋ। ਸੋ ਸਰ, ਪੇਟ ਦੀਆਂ ਬਿਮਾਰੀਆਂ ਦੀ ਗੱਲ ਹੋ ਰਹੀ ਸੀ, ਟ੍ਰੀਟਮੈਂਟ ਕੀ ਹੈਗੇ ਨੇ ਉਹਨਾਂ ਦੇ? ਦੇਖੋ, ਆਪਾਂ ਸਭ ਤੋਂ ਪਹਿਲੇ ਇੱਕ ਕਾਮਨ ਪੇਟ ਦੀ ਬਿਮਾਰੀ ਦੀ ਗੱਲ ਕਰਨੇ, ਹਾਈਪਰ ਐਸਿਡਿਟੀ ਜੀ। ਹਾਈਪਰ ਐਸਿਡਿਟੀ ਇੱਕ ਐਸੀ ਚੀਜ਼ ਹੈ ਜਿਹੜੀ ਬਹੁਤ ਹੀ ਕਾਮਨ ਹੈ, ਕਿਉਂਕਿ ਅੱਜ ਦੀ ਡੇਟ 'ਚ ਆਪਾਂ ਬਾਜ਼ਾਰ ਦਾ ਖਾਂਦੇ ਹਾਂ, ਮਸਾਲੇ ਤੇਜ਼, ਮਿਰਚਾਂ ਤੇਜ਼। ਅਗਰ ਬੰਦੇ ਨੂੰ ਮੇਜਰ ਪ੍ਰੋਬਲਮ ਨਹੀਂ ਵੀ ਹੈ ਤਾਂ ਹਾਈਪਰ ਐਸਿਡਿਟੀ ਤਾਂ ਕਾਮਨ ਹੈ ਹੀ ਹੈ। ਉਹਦੇ 'ਚ ਸਭ ਤੋਂ ਬੈਸਟ ਚੀਜ਼ ਹੈ ਜੀ ਜਿਹੜੀ ਮੇਰੀ ਕਾਮਨ ਹੈ, ਦੈਟ ਇਜ਼ ਪੇਠਾ। ਪੇਠਾ ਮਿਠਾਈ ਦੇ ਫੋਰਮ 'ਚ, ਪੇਠਾ ਸਬਜ਼ੀ ਦੇ ਫੋਰਮ 'ਚ, ਪੇਠਾ ਅਗਰ ਕਿਸੇ ਵੀ ਤਰੀਕੇ ਨਾਲ ਲਿੱਤਾ ਜਾਂਦਾ ਵੈ, ਉਹ ਸਾਡੀ ਹਾਈਪਰ ਐਸਿਡਿਟੀ ਨੂੰ ਨਿਊਟਰਲਾਈਜ਼ ਕਰਦਾ ਵੈ। ਕੋਸ਼ਿਸ਼ ਕਰੋ, ਅਗਰ ਤੁਹਾਨੂੰ ਮਸਾਲੇ ਪਸੰਦ ਨੇ ਜਾਂ ਤਾਂ ਫਰਾਈਡ ਖਾਣਾ ਪਸੰਦ ਹੈ, ਉਹ ਚੀਜ਼ਾਂ ਤੁਹਾਨੂੰ ਬਾਰ ਬਾਰ ਐਸਿਡਿਟੀ ਕਰ ਰਹੀਆਂ ਨੇ, ਆਪਣੀ ਡਾਈਟ 'ਚ ਪੇਠੇ ਨੂੰ ਸ਼ਾਮਿਲ ਕਰੋ। ਐਸੀ ਪਹਿਲੀ ਚੀਜ਼। ਸੈਕਿੰਡ ਆ ਜਾਂਦੀ ਹੈ ਜੀ ਸੌਂਫ। ਅਕਸਰ ਆਪਾਂ ਲੋਕ ਜਦੋਂ ਜਾਂਦੇ ਹਾਂ ਰੈਸਟੋਰੈਂਟਸ 'ਚ ਵੀ ਖਾਣ ਜਾਂਦੇ ਹਾਂ, ਬਾਹਰ ਵੀ ਕਿਤੇ ਖਾਣ ਜਾਂਦੇ ਹਾਂ, ਸਾਨੂੰ ਐਂਡ 'ਚ ਸੌਂਫ ਦਿੱਤੀ ਜਾਂਦੀ ਹੈ। ਬਹੁਤ ਸਾਰੇ ਲੋਕ ਸੌਂਫ ਨੂੰ ਇੱਕ ਮਾਊਥ ਫਰੈਸ਼ਨਰ ਤੋਂ ਵੱਧ ਕੇ ਕੁਛ ਨਹੀਂ ਸੋਚਦੇ। ਜਦਕਿ ਫੈਕਟ ਹੈ ਵੈ ਕਿ ਜਿਹੜੀ ਹਰੀ ਸੌਂਫ ਹੈ ਅਨਕੋਟਿਡ, ਮੈਂ ਉਸ ਸੌਂਫ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਬੜੀ ਟੇਸਟੀ ਵਗੈਰਾ ਰੈਸਟੋਰੈਂਟਸ 'ਚ ਰੱਖੀ ਹੁੰਦੀ ਹੈ, ਜਿਹੜੀ ਗ੍ਰੀਨ ਸੌਂਫ ਹੈ ਨੋਰਮਲ, ਉਹ ਸੌਂਫ ਐਸੀਡਿਟੀ ਨੂੰ ਨਿਊਟਰਲਾਈਜ਼ ਕਰਨ 'ਚ ਇੱਕ ਬਹੁਤ ਚੰਗੀ ਚੀਜ਼ ਹੈ। ਕੋਸ਼ਿਸ਼ ਕਰੋ ਘਰ ਦੇ ਅੰਦਰ ਵੀ ਇੱਕ ਆਦਤ ਪਾਓ ਕਿ ਜਦੋਂ ਤੁਸੀਂ ਖਾਣਾ ਖਾਓ, ਖਾਣਾ ਖਾਣ ਤੋਂ ਬਾਅਦ 1/2 ਚਮਚਾ ਜਿਹੜੀ ਮੋਟੀ ਵਾਲੀ ਸੌਂਫ ਹੈ ਜ਼ਰੂਰ ਲਓ। ਤੀਸਰੀ ਚੀਜ਼ ਜੀਰਾ। ਜੀਰੇ 'ਚ ਇੱਕ ਕੈਪੇਬਿਲਿਟੀ ਹੈ ਕਿ ਵੱਡੀ ਤੋਂ ਵੱਡੀ ਐਸੀਡਿਟੀ ਵਾਲੀ ਚੀਜ਼ ਨੂੰ ਨਿਊਟਰਲਾਈਜ਼ ਕਰ ਸਕਦਾ ਵੈ। ਜਦੋਂ ਤੁਹਾਨੂੰ ਲੱਗਦਾ ਤੁਹਾਨੂੰ ਐਸੀਡਿਟੀ ਹੈ, ਆਪਣੀ ਖਾਣੇ ਦੇ ਵਿੱਚ ਗਰਮ ਮਸਾਲੇ ਦੀ ਜਗ੍ਹਾ ਤੇ ਜੀਰੇ ਦਾ ਤੜਕਾ ਲਗਾਉਣਾ ਸ਼ੁਰੂ ਕਰੋ, ਉਹ ਬਹੁਤ ਫਾਇਦਾ ਕਰੇਗਾ। ਆਪਾਂ ਕੰਟੀਨਿਊ ਕਰਾਂਗੇ, ਪਰ ਬ੍ਰੇਕ ਦਾ ਟਾਈਮ ਹੋ ਗਿਆ, ਸੋ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ ਜੀ। ਬਾਕੀ ਨੰਬਰ ਤੁਸੀਂ ਡਾਇਲ ਕਰਕੇ ਲਾਈਵ ਜਿਹੜੀ ਆਪਣੀ ਹੈਲਥ ਇਸ਼ੂ ਡਿਸਕਸ ਕਰ ਸਕਦੇ ਹੋ। ਡਾਕਟਰ
नवदीप शर्मा जी साडे नाल ने आयुर्वेदिक स्पैशलिस्ट ते हुणे हुणे जिवें कि उन्होंने यूएसए दे विच विजिट कीता सी बहुत सारे लोग उन्होंने मिलन दे लई भी पहुंचे ने ते हुण दोबारा जिहड़े जेकर तुहानू कोई हैल्थ इशू हैगा तुसीं नहीं मिल पाए ते 15 अगस्त तो बाद दोबारा यूएसए दे विच उह विजिट करनगे किथे किहड़े वेले होणगे तुसीं अपॉइंटमेंट फिक्स करवानी हैगी आ नंबर लगातार टीवी स्क्रीन ते फ्लैश हो रहे ने अदरवाइज़ लाइव शो चल रहा है जी साडे लाइव शो दे विच भी कॉल करके तुसीं उन्हां दे नाल डिस्कस कर सकते हो अपना हैल्थ इशू होर भी जेकर बाय चांस यूएसए तो बाहर दी ऑडियंस हैगी सेंटर्स दे विच विजिट नहीं कर सकती ਉਹ ਵੀ ਇਹਨਾਂ ਨੰਬਰ ਨੂੰ ਨੋਟ ਕਰਕੇ ਰੱਖ ਲਵੇ ਐਕਸਪਰਟ ਟੀਮ ਜਿਹੜੀ ਆ ਉਹ ਤੁਹਾਡਾ ਕਾਲ ਪਿੱਕ ਕਰੇਗੀ ਕਾਲ ਕਰ ਸਕਦੇ ਹੋ ਕੋਈ ਵੀ ਮੈਡੀਸਿਨ ਜਿਹੜੀ ਹੈਗੀ ਆ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਸੋ ਜੀ ਸੋ ਸਰ ਪੇਟ ਦੀਆਂ ਬਿਮਾਰੀਆਂ ਦੀ ਗੱਲ ਹੋ ਰਹੀ ਸੀ ਉਸੇ ਨੂੰ ਕੰਟੀਨਿਊ ਕਰ ਦਿਓ ਸੋ ਤੁਸੀਂ ਟ੍ਰੀਟਮੈਂਟ ਬਾਰੇ ਦੱਸ ਰਹੇ ਸੀ ਆਪਾਂ ਹਾਈਪਰ ਐਸਿਡਿਟੀ ਬਾਰੇ ਹੁਣੇ ਗੱਲ ਕੀਤੀ ਹੁਣ ਜਿਹੜੀ ਸੈਕਿੰਡ ਕਾਮਨ ਪ੍ਰੋਬਲਮ ਜਿਹੜੇ ਪੇਸ਼ੈਂਟਸ ਨੇ ਜਿਨ੍ਹਾਂ ਨਾਲ ਉਹਨਾਂ ਨੇ ਵਿਜ਼ਿਟ ਕੀਤਾ ਮੈਨੂੰ ਉਹ ਹੈ ਐਬਡੋਮੀਨਲ ਡਿਸਟੈਂਸ਼ਨ ਮਤਲਬ ਲੋਕ ਇਹ ਕਹਿੰਦੇ ਨੇ ਕਿ ਆਪਾਂ ਖਾਧਾ ਖਾਣਾ ਖਾ ਕੇ ਸਾਡਾ ਪੇਟ ਅਫਰ ਗਿਆ ਬਹੁਤ ਤੇ ਉਹ ਅਫਰੇਵੇਂ ਵਾਸਤੇ ਜਿਹੜਾ ਵਾ ਅਫਰੇਵੇਂ ਦਾ ਜਿਹੜਾ ਇਲਾਜ ਹੈ ਜਿਹੜੇ ਉਹਦੇ ਕਾਮਨ ਚੀਜ਼ਾਂ ਨੇ ਉਹ ਓਪੋਜ਼ਿਟ ਨੇ ਐਸਿਡਿਟੀ ਤੋਂ ਕਿਉਂਕਿ ਐਸਿਡਿਟੀ ਦੇ ਅੰਦਰ ਆਪਾਂ ਕਿਤੇ ਨਾ ਕਿਤੇ ਜਿਹੜਾ ਐਸਿਡ ਵਧਿਆ ਵਾ ਉਹਨੂੰ ਬੈਲੈਂਸ ਕਰ ਰਹੇ ਹਾਂ ਅਫਰੇਵੇਂ ਦੇ ਅੰਦਰ ਸਾਨੂੰ ਪੇਟ ਦੇ ਅੰਦਰ ਇਨਜ਼ਾਈਮਸ ਵਧਾਉਣੀਆਂ ਪੈਂਦੀਆਂ ਨੇ ਡਾਇਜੈਸਟਿਵ ਇਨਜ਼ਾਈਮਸ ਉਹਦੇ 'ਚ ਸਭ ਤੋਂ ਪਹਿਲੀ ਅਤੇ ਬੜੀ ਕਾਮਨ ਜੀ ਚੀਜ਼ ਹੈ ਅਜਵਾਇਨ ਸ਼ਾਇਦ ਹੀ ਕੋਈ ਬੱਚਾ ਜਾਂ ਕੋਈ ਵੱਡਾ ਹੋਏਗਾ ਜਿਹਨੇ ਜ਼ਿੰਦਗੀ 'ਚ ਕਦੀ ਅਜਵਾਇਨ ਨਹੀਂ ਖਾਧੀ ਜ਼ਰਾ ਜਿਹਾ ਵੀ ਪੇਟ ਦਰਦ ਹੋਏ ਤਾਂ ਸਭ ਤੋਂ ਪਹਿਲੇ ਬੰਦੇ ਨੂੰ ਗਾਈਡ ਕੀਤਾ ਜਾਂਦਾ ਜੀ ਕਿ ਅਜਵਾਇਨ ਜਿਹੜੀ ਆ ਉਹ ਖਵਾਈ ਜਾਏ ਗਰਮ ਪਾਣੀ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਅਜਵਾਇਨ ਬੈਸਟ ਚੀਜ਼ ਹੈ ਅਗਰ ਆਪਾਂ ਅਜਵਾਇਨ ਨੂੰ ਆਪਣੇ ਖਾਣੇ ਤੋਂ ਬਾਅਦ ਸ਼ਾਮਿਲ ਕਰ ਲੈਂਦੇ ਹਾਂ ਸਾਨੂੰ ਅਫਰੇਵਾ ਨਹੀਂ ਹੋਏਗਾ ਸਭ ਤੋਂ ਕਾਮਨ ਚੀਜ਼ ਸੈਕਿੰਡ ਚੀਜ਼ ਆ ਜਾਂਦੀ ਹੈ ਗਰਮ ਪਾਣੀ ਜਿੰਨਾ ਵੱਧ ਅਫਰੇਵਾ ਉਨਾ ਹੀ ਜ਼ਿਆਦਾ ਗਰਮ ਪਾਣੀ ਪੀਓ ਐਕਸਟ੍ਰੀਮ ਕੇਸਿਸ 'ਚ ਮੈਂ ਚਾਹ ਜਿੰਨਾ ਗਰਮ ਪਾਣੀ ਪੀਣ ਦੀ ਵੀ ਸਲਾਹ ਪੇਸ਼ੈਂਟ ਨੂੰ ਆਪਣੇ ਦਿੰਦਾ ਵਾਂ ਕਿ ਜਦੋਂ ਤੁਸੀਂ ਖਾਣਾ ਖਾਧਾ ਵਾ ਵਿੱਚ ਵੀ ਤੁਸੀਂ ਸਿਪ ਸਿਪ ਕਰਕੇ ਗਰਮ ਪਾਣੀ ਪੀ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਵੀ ਤੁਸੀਂ ਚਾਹ ਜਿੰਨਾ ਗਰਮ ਪਾਣੀ ਪੀ ਸਕਦੇ ਹੋ ਥਰਡ ਆ ਜਾਂਦਾ ਵਾ ਜੀ ਪਪੀਤਾ ਪਪਾਇਆ ਇੱਕ ਐਸੀ ਚੀਜ਼ ਹੈ ਜਿਹਦੇ 'ਚ ਕਾਫੀ ਡਾਇਜੈਸਟਿਵ ਇਨਜ਼ਾਈਮਸ ਹੁੰਦੀਆਂ ਨੇ ਔਰ ਪਪਾਇਆ ਤੁਸੀਂ ਸ਼ੇਕ ਦੇ ਫੋਰਮ 'ਚ ਵੀ ਲੈ ਸਕਦੇ ਹੋ ਫਰੂਟ ਦੇ ਫੋਰਮ 'ਚ ਵੀ ਲੈ ਸਕਦੇ ਹੋ ਕੋਸ਼ਿਸ਼ ਕਰੋ ਕਿ ਅਗਰ ਤੁਹਾਨੂੰ ਅਫਰੇਵਾ ਰਹਿੰਦਾ ਹੈ ਤਾਂ ਤੁਸੀਂ ਪਪੀਤੇ ਦਾ ਸੇਵਨ ਜ਼ਿਆਦਾ ਕਰੋ ਇਸ ਤੋਂ ਬਾਅਦ ਆ ਜਾਂਦਾ ਅਨਾਰ ਦਾ ਛਿਲਕਾ ਆਪਾਂ ਆਮ ਤੌਰ 'ਤੇ ਅਨਾਰ 'ਤੇ ਖਾ ਲੈਂਦੇ ਹਾਂ ਲੇਕਿਨ ਅਨਾਰ ਦਾ ਛਿਲਕਾ ਸੁੱਟ ਦਿੰਦੇ ਹਾਂ ਜਦਕਿ ਅਨਾਰ ਦਾ ਛਿਲਕਾ ਅਫਰੇਵੇਂ ਵਾਸਤੇ ਇੱਕ ਬਹੁਤ ਹੀ ਚੰਗੀ ਚੀਜ਼ ਹੈ ਅਗਰ ਤੁਹਾਨੂੰ ਅਫਰੇਵਾਂ ਜ਼ਿਆਦਾ ਰਹਿ ਰਿਹਾ ਅਨਾਰ ਦੇ ਛਿਲਕਿਆਂ ਨੂੰ ਸੁਕਾ ਲਵੋ ਸੁਕਾਉਣ ਤੋਂ ਬਾਅਦ 'ਚ ਉਹਨਾਂ ਨੂੰ ਪੀਸੋ ਅਤੇ ਕੋਸ਼ਿਸ਼ ਕਰੋ ਤੁਸੀਂ ਕੁਕਿੰਗ 'ਚ ਵੀ ਉਹਦਾ ਇਸਤੇਮਾਲ ਕਰ ਸਕਦੇ ਹੋ ਔਰ ਤੁਸੀਂ ਖਾਣਾ ਖਾਣ ਤੋਂ ਬਾਅਦ ਵੀ ਅਨਾਰ ਦੇ ਛਿਲਕੇ ਨੂੰ 1/4 ਸਪੂਨ ਜਿਹੜਾ ਵਾ ਉਹ ਗਰਮ ਪਾਣੀ ਨਾਲ ਲੈ ਸਕਦੇ ਹੋ ਅਗਰ ਤੁਸੀਂ ਇਹ ਚੀਜ਼ਾਂ ਕਰਦੇ ਹੋ ਇਹਦੇ ਨਾਲ ਹੁੰਦਾ ਕੀ ਹੈ ਕਿ ਤੁਹਾਡਾ ਜਿਹੜਾ ਲਿਵਰ ਹੈ ਉਹ ਬਾਈਲ ਨੂੰ ਵੱਧ ਸੈਕਰੀਟ ਕਰਦਾ ਸਾਡਾ ਲਿਵਰ ਇੱਕ ਕੈਮੀਕਲ ਸੈਕਰੀਟ ਕਰਦਾ ਵਾ ਜਿਹਨੂੰ ਕਹਿੰਦੇ ਆ ਬਾਈਲ ਬਾਈਲ ਦਾ ਕੰਮ ਕੀ ਹੁੰਦਾ ਵਾ ਕਿ ਸਾਡੇ ਖਾਣੇ ਨੂੰ ਉਹ ਪਚਨਯੋਗ ਬਣਾ ਦਿੰਦਾ ਵਾ ਲਿਵਰ ਬੈਟਰ ਕੰਮ ਕਰਨ ਲੱਗ ਪੈਂਦਾ ਵਾ ਖਾਣਾ ਬੈਟਰ ਡਾਇਜੈਸਟ ਹੋਣ ਲੱਗ ਪੈਂਦਾ ਵਾ ਜਿਹਦੇ ਨਾਲ ਕਿ ਅਗਰ ਕਿਸੇ ਦੇ SGOT SGPT ਲਿਵਰ ਇਨਜ਼ਾਈਮਸ ਵੀ ਵਧੇ ਹੋਏ ਨੇ ਇਹ ਸਿੰਪਲ ਸਿੰਪਲ ਦੀ ਚੀਜ਼ਾਂ ਨਾਲ ਉਹ ਵੀ ਬੈਲੈਂਸ ਹੁੰਦੇ ਨੇ ਇੱਕ ਲਾਸਟ ਚੀਜ਼ ਜਿਹੜੀ ਅਫਰੇਵੇ ਨੂੰ ਦੂਰ ਕਰਨ ਵਾਸਤੇ ਜ਼ਰੂਰੀ ਹੈ ਉਹ ਹੈ ਵਾਕ ਆਮ ਤੌਰ 'ਤੇ ਆਪਾਂ ਖਾਣਾ ਖਾਂਦੇ ਹਾਂ ਅਗਰ ਆਪਾਂ ਰਾਤੀ ਖਾਣਾ ਖਾਧਾ ਖਾ ਕੇ ਆਪਾਂ ਸੋ ਜਾਂਦੇ ਹਾਂ ਅਗਰ ਆਪਾਂ ਦੁਪਹਿਰੇ ਖਾਣਾ ਖਾ ਰਹੇ ਹਾਂ ਖਾ ਕੇ ਆਪਾਂ ਕੰਮ ਕਰਨ ਲੱਗ ਪੈਂਦੇ ਹਾਂ ਆਪਾਂ ਖਾਣਾ ਖਾ ਕੇ ਚੱਲਦੇ ਨਹੀਂ ਹਾਂ ਜਦਕਿ ਸ਼ਾਸਤਰਾਂ 'ਚ ਸਾਫ਼ ਲਿਖਿਆ ਗਿਆ ਵਾ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਖਾਣਾ ਪ੍ਰੋਪਰ ਡਾਇਜੈਸਟ ਹੋਏ ਖਾਣਾ ਖਾਣ ਤੋਂ ਬਾਅਦ 100 ਕਦਮ ਜ਼ਰੂਰ ਚੱਲੋ 100 ਕਦਮ ਚੱਲਣ ਤੋਂ ਬਾਅਦ ਵਾਮ ਪਾਰਸ਼ਵ ਲੈਫਟ ਲੇਟਰਲ ਪੋਜੀਸ਼ਨ 'ਚ ਤੁਸੀਂ ਲੇਟੋ ਤੁਹਾਡਾ ਖਾਣਾ ਵੀ ਬੈਟਰ ਡਾਇਜੈਸਟ ਹੋਏਗਾ ਅਫਰੇਵਾਂ ਵੀ ਨਹੀਂ ਆਏਗਾ ਬਿਲਕੁਲ ਜੀ ਸੋ ਬਲੋਟਿੰਗ ਦੀ ਜਿਹੜੀ ਹੈ ਅਫਰੇਵੇਂ ਦੀ ਸਮੱਸਿਆ ਜਿਹੜੀ ਸੀ ਛੋਟੀਆਂ ਛੋਟੀਆਂ ਘਰ ਦੀਆਂ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਆਪਣੀ ਲਾਈਫ ਸਟਾਈਲ ਦੇ ਵਿੱਚ ਜੇਕਰ ਐਡ ਕਰ ਲਈਏ ਤੇ ਪ੍ਰੋਬਲਮ ਜਿਹੜੀ ਉਹ ਸੋਲਵ ਹੋ ਸਕਦੀ ਹੈ ਸੋ ਕਾਲਰ ਲੈ ਲੈਂਦੇ ਆਪਾਂ ਹੈਲੋ ਜੀ ਟੀਵੀ ਦਾ ਵੋਲਿਊਮ ਘੱਟ ਕਰ ਲਓ ਹੈਲੋ ਹਾਂਜੀ ਜੀ ਜੀ ਅਸੀਂ ਵਾਲ ਕਰਨ ਬਾਰੇ ਕਿ ਕਲਕੰਚੀ ਦੇ ਪਾਣੀ ਨਾਲ ਸਿਰ ਧੋਣ ਵਾਸਤੇ ਪਤਾ ਕਰਨਾ ਸੀਗਾ ਕਿ ਸ਼ੈਂਪੂ ਯੂਜ਼ ਕਰਨਾ ਤੁਸੀਂ ਬਿਲਕੁਲ ਸ਼ੈਂਪੂ ਯੂਜ਼ ਕਰ ਸਕਦੇ ਹੋ ਤੁਸੀਂ ਸ਼ੈਂਪੂ ਦੀ ਜਗ੍ਹਾ 'ਤੇ ਮੈਂ ਇੱਕ ਚੀਜ਼ ਸੁਜੈਸਟ ਕਰਦਾ ਜੀ ਕਦੀ ਤੁਸੀਂ ਮੈਨੂੰ ਨਹੀਂ ਪਤਾ ਸ਼ਿਕਾਕਾਈ ਕਦੀ ਯੂਜ਼ ਕੀਤਾ ਵਾ ਤੁਸੀਂ ਵਾਲਾਂ 'ਤੇ ਕਿ ਨਹੀਂ ਕੀਤਾ ਅਗਰ ਨਹੀਂ ਕੀਤਾ ਕੋਸ਼ਿਸ਼ ਕਰੋ ਆਪਣੇ ਕੋਲ ਸ਼ਿਕਾਕਾਈ ਦਾ ਪਾਊਡਰ ਤੁਸੀਂ ਰੱਖੋ ਤੁਸੀਂ ਜਦੋਂ ਸ਼ਿਕਾਕਾਈ ਦੇ ਪਾਊਡਰ ਨੂੰ ਪਾਣੀ 'ਚ ਮਿਕਸ ਕਰੋਗੇ ਨਾ ਉਹ ਸ਼ੈਂਪੂ ਵਕਨ ਹੀ ਪੂਰੀ ਝੱਗ ਪੈਦਾ ਕਰੇਗਾ ਫੋਮ ਪੈਦਾ ਕਰੇਗਾ ਕੋਸ਼ਿਸ਼ ਕਰਿਆ ਕਰੋ ਤੁਸੀਂ ਸ਼ੈਂਪੂ ਤੋਂ ਇਲਾਵਾ ਹਫ਼ਤੇ 'ਚ ਘੱਟੋ ਘੱਟ 2 ਵਾਰੀ ਜਿਹੜੇ ਵਾਲ ਨੇ ਉਹ ਸ਼ਿਕਾਕਾਈ ਨਾਲ ਧੁਲਵਾਇਆ ਕਰੋ ਠੀਕ ਹੈ ਅਜੇ ਡਾਕਟਰ ਇੱਕ ਹੋਰ ਪਤਾ ਕਰ ਸਕਦੇ ਮੇਰੇ ਹਸਬੰਡ ਨੂੰ ਨਾ ਕਨਸਟੀਪੇਸ਼ਨ ਦੀ ਪ੍ਰੋਬਲਮ ਹੈ ਮਤਲਬ ਉਹਨੂੰ 2-2 ਘੰਟੇ ਉਹਨਾਂ ਨੂੰ ਬਾਥਰੂਮ ਵਿੱਚ
ਆਪਾਂ ਵੈਸੇ ਵੀ ਹਾਂ ਆਪਾਂ ਵੈਸੇ ਵੀ ਜਿਹੜਾ ਨੈਕਸਟ ਟੌਪਿਕ ਵੀ ਲੈਣ ਵਾਲੇ ਸੀ ਉਹ ਵੀ ਕਨਸਟੀਪੇਸ਼ਨ ਹੀ ਸੀ ਜੀ ਕਿਉਂਕਿ ਪੇਟ ਦੀ ਜਿਹੜੀ ਅਗਲੀ ਸਮੱਸਿਆ ਵਾ ਉਹ ਕਨਸਟੀਪੇਸ਼ਨ ਹੀ ਹੈ ਮੈਂ ਨੈਕਸਟ ਟੌਪਿਕ ਕਿਉਂ ਲੈ ਰਿਹਾ ਜੀ ਤੁਹਾਨੂੰ ਹੁਣੇ ਮੇਰੀ ਟਾਕ ਦੇ ਦੌਰਾਨ ਹੀ ਪਤਾ ਚੱਲ ਜਾਏਗਾ ਕਿਉਂਕਿ ਪੇਟ ਦੀ ਜਿਹੜੀ ਅਗਲੀ ਕਾਮਨ ਸਮੱਸਿਆ ਕਨਸਟੀਪੇਸ਼ਨ ਹੀ ਹੈ ਜੀ ਜਦੋਂ ਆਪਾਂ ਕਨਸਟੀਪੇਸ਼ਨ ਦੀ ਗੱਲ ਕਰ ਰਹੇ ਹਾਂ ਕਨਸਟੀਪੇਸ਼ਨ ਦਾ ਸਭ ਤੋਂ ਕਾਮਨ ਕਾਰਨ ਹੈ ਲੈਸ ਫਾਈਬਰ ਲੈਣਾ ਦੇਖੋ ਸਾਡੀ ਡਾਈਟ ਦੇ ਅੰਦਰ ਬੈਲੈਂਸ ਡਾਈਟ ਲੈਣਾ ਬੜਾ ਜ਼ਰੂਰੀ ਹੈ ਉਸ ਬੈਲੈਂਸ ਡਾਈਟ ਦੇ ਅੰਦਰ ਕਾਰਬੋਹਾਈਡਰੇਟਸ ਆਪਾਂ ਲੈ ਰਹੇ ਹਾਂ ਆਪਾਂ ਫੈਟਸ ਲੈ ਰਹੇ ਹਾਂ ਪ੍ਰੋਟੀਨਸ ਲੈ ਰਹੇ ਹਾਂ ਫਾਈਬਰ ਇੱਕ ਐਸੀ ਚੀਜ਼ ਹੈ ਜਿਹਨੂੰ ਆਪਾਂ ਬਿਲਕੁਲ ਇਗਨੋਰ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਲੱਗਦਾ ਫਾਈਬਰ ਨੇ ਕੀ ਦੇਣਾ ਵੈ ਜਦਕਿ ਫੈਕਟ ਹੈ ਵੈ ਅਗਰ ਆਪਾਂ ਫਾਈਬਰ ਪ੍ਰੋਪਰ ਨਹੀਂ ਲਵਾਂਗੇ ਸਾਡੀ ਬੋਡੀ 'ਚ ਸਾਡੇ ਖਾਣੇ ਦੇ ਵਿੱਚੋਂ ਜਿਹੜੇ ਮਿਨਰਲਸ ਨੇ ਉਹ ਐਬਜ਼ੋਰਬ ਨਹੀਂ ਹੋਣਗੇ ਹੁਣ ਫਾਈਬਰ ਕਿਹਨਾਂ ਚੀਜ਼ਾਂ 'ਚ ਹੈ ਫਾਈਬਰ ਹੈ ਛਾਣ ਬੂਰੇ 'ਚ ਜਿਹੜਾ ਕਿ ਆਪਾਂ ਆਪਣੇ ਆਟੇ 'ਚੋਂ ਆਮ ਤੌਰ 'ਤੇ ਕੱਢ ਦਿੰਦੇ ਹਾਂ ਉਹ ਬੜਾ ਜ਼ਰੂਰੀ ਹੈ ਕਿ ਆਪਾਂ ਆਟਾ ਛਾਣ ਬੂਰੇ ਵਾਲਾ ਹੀ ਲਈਏ ਰਾਦਰ ਮੈਂ ਤਾਂ ਜਿਹਨਾਂ ਨੂੰ ਕਨਸਟੀਪੇਸ਼ਨ ਰਹਿੰਦੀ ਉਹਨਾਂ ਨੂੰ ਸਲਾਹ ਦਿੰਦਾ ਵਾਂ ਕਿ ਜੇ ਤੁਸੀਂ 10 ਕਿਲੋ ਆਟਾ ਲਿਆਂਦਾ ਉਸ 10 ਕਿਲੋ 'ਚ ਤੁਸੀਂ 1 ਕਿਲੋ ਛਾਣ ਬੂਰਾ ਐਕਸਟਰਾ ਐਡ ਕਰ ਲਓ ਉਹ ਤੁਹਾਡੀ ਕਨਸਟੀਪੇਸ਼ਨ ਨੂੰ ਦੂਰ ਕਰੇਗਾ ਸੈਕਿੰਡ ਹਾਂਜੀ ਸੈਲਡ ਨੂੰ ਖਾਣੇ ਤੋਂ ਪਹਿਲੇ ਖਾਣਾ ਜੀ ਆਮ ਤੌਰ 'ਤੇ ਆਪਾਂ ਕੀ ਕਰਦੇ ਹਾਂ ਸਲਾਦ ਕਟਵਾਉਂਦੇ ਹਾਂ ਖਾਣੇ ਦੇ ਦੌਰਾਨ ਥੋੜ੍ਹਾ ਥੋੜ੍ਹਾ ਕਰਕੇ ਸਲਾਦ ਖਾਂਦੇ ਹਾਂ ਅਗਰ ਆਪਾਂ ਕਨਸਟੀਪੇਸ਼ਨ ਦੂਰ ਕਰਨੀ ਹੈ ਤਾਂ ਆਪਾਂ ਇੱਕ ਪੂਰੀ ਪਲੇਟ ਪਹਿਲੇ ਸਲਾਦ ਦੀ ਬਣਵਾਉਣੀ ਹੈ ਖਾਣੇ ਤੋਂ ਪਹਿਲੇ ਸਲਾਦ ਖਾਣਾ ਵਾ ਖਾਣੇ ਦੇ ਦੌਰਾਨ ਸਲਾਦ ਨਹੀਂ ਖਾਣਾ ਤੀਸਰੀ ਚੀਜ਼ ਜਿਹੜੀ ਸੌਂਫ ਹੈ ਇਹ ਕਹਿੰਦਾ ਪੰਚ ਸਕਾਰ ਸੌਂਫ ਸੈਂਧਾ ਅਤੇ ਸਨਾਏ ਇਹਦੇ 3 ਮੇਨ ਪਾਰਟਸ ਨੇ ਉਹ 'ਚ ਸੌਂਫ ਅਤੇ ਸੈਂਧਾ ਸਾਡੇ ਘਰ 'ਚ ਆਮ ਅਵੇਲੇਬਲ ਹੈ ਸੌਂਫ ਮਤਲਬ ਜਿਹੜੀ ਆਪਾਂ ਆਮ ਸੌਂਫ ਖਾਂਦੇ ਹਾਂ ਅਤੇ ਸੈਂਧਾ ਮਤਲਬ ਪਾਕਿਸਤਾਨੀ ਨਮਕ ਆਪਾਂ ਸੌਂਫ ਨੂੰ ਅਤੇ ਪਾਕਿਸਤਾਨੀ ਨਮਕ ਨੂੰ ਮਿਕਸ ਕਰ ਸਕਦੇ ਹਾਂ ਜਿਹਦੇ 'ਚ ਤੁਸੀਂ 80% ਸੌਂਫ ਖਾਣੀ ਪਾਣੀ ਹੈ 20% ਪਾਕਿਸਤਾਨੀ ਨਮਕ ਜਿਹੜਾ ਸੈਂਧਾ ਨਮਕ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਪਾਉਣਾ ਵੈ ਇਹਨੂੰ ਤੁਸੀਂ ਮਿਕਸ ਕਰ ਲੈਣਾ ਵੈ ਅਤੇ ਚਮਚੇ ਦਾ ਚੌਥਾ ਕੋਈ ਹਿੱਸਾ ਤੁਸੀਂ ਰਾਤੀ ਸੌਣ ਲੱਗਿਆ ਉਹਨਾਂ ਨੂੰ ਦਿਆ ਕਰੋ ਇਸ ਤੋਂ ਇਲਾਵਾ ਬਿਲਕੁਲ ਇੱਕ ਹੋਰ ਨੈਚੁਰਲ ਚੀਜ਼ ਜਿਹੜੀ ਕਿ ਕਨਸਟੀਪੇਸ਼ਨ ਦੂਰ ਕਰਦੀ ਹੈ ਉਹ ਮਨੱਕਾ ਤੁਸੀਂ ਮਨੱਕੇ ਨੂੰ ਵੀ ਭਿਉਂ ਸਕਦੇ ਹੋ ਅਤੇ 3-4 ਭਿਉਏ ਹੋਏ ਮਨੱਕੇ ਉਹਨਾਂ ਨੂੰ ਦੇ ਸਕਦੇ ਹੋ ਤਾਂ ਕਿ ਉਹਨਾਂ ਦੀ ਕਨਸਟੀਪੇਸ਼ਨ ਦੂਰ ਰਹਿ ਸਕੇ ਇੱਕ ਹੋਰ ਚੀਜ਼ ਜਿਹੜੀ ਨੋਟ ਕਰਨੀ ਹੈ ਕਨਸਟੀਪੇਸ਼ਨ 'ਚ ਉਹ ਹੈ ਵਾਟਰ ਕੰਜ਼ਮਸ਼ਨ ਕਿ ਆਪਾਂ ਐਗਜੈਕਟਲੀ ਪਾਣੀ ਜਿਹੜਾ ਵਾ ਉਹ ਕਿੰਨਾ ਪੀ ਰਹੇ ਹਾਂ ਕਿਉਂਕਿ ਅਕਸਰ ਇਹ ਦੇਖਣ 'ਚ ਆਉਂਦਾ ਵਾ ਕਿ ਆਪਾਂ ਆਪਣੀ ਰੋਜ਼ਮਰ੍ਹਾ ਦੇ ਕੰਮਾਂ 'ਚ ਪਾਣੀ ਘੱਟ ਪੀਂਦੇ ਹਾਂ ਔਰ ਪਾਣੀ ਦਾ ਜਿੱਥੇ ਸਾਡੀ ਬੋਡੀ 'ਚ ਬਾਕੀ ਰੋਲ ਹੈ ਉੱਥੇ ਇੱਕ ਬੜਾ ਮੇਜਰ ਰੋਲ ਹੈ ਸਾਡੇ ਸਟੂਲਸ ਨੂੰ ਸੌਫਨ ਅਪ ਕਰਨ ਦਾ ਅਗਰ ਆਪਾਂ ਪਾਣੀ ਘੱਟ ਲਵਾਂਗੇ ਸਾਡੇ ਸਟੂਲ ਜਿਹੜੇ ਨੇ ਉਹ ਜ਼ਿਆਦਾ ਹਾਰਡ ਹੋਣਗੇ ਐਂਡ ਇਟ ਵਿਲ ਬਿਕਮ ਕੌਨਸਟੀਪੇਟਿਡ ਇੱਕ ਤੁਸੀਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਵਾ ਕਿ ਉਹ ਐਗਜੈਕਟਲੀ ਮੋਸ਼ਨ ਵਾਸਤੇ ਜਾ ਕਿੰਨੇ ਵਜੇ ਰਹੇ ਨੇ ਅਗਰ ਆਪਾਂ ਸਵੇਰੇ ਲੇਟ ਤਿਕਨ ਸੁੱਤੇ ਰਹਿੰਦੇ ਹਾਂ ਔਰ ਮੋਸ਼ਨ ਵਾਸਤੇ ਲੇਟ ਜਾਂਦੇ ਹਾਂ ਤਾਂ ਸਾਡੀਆਂ ਇੰਟਸਟਾਈਨ ਸਾਡੀ ਜਿਹੜਾ ਵੇਸਟ ਹੈ ਉਹਦੇ ਅੰਦਰ ਉਹ ਪਾਣੀ ਜ਼ਿਆਦਾ ਐਬਜ਼ੋਰਬ ਕਰ ਲੈਂਦੀਆਂ ਨੇ ਸਟੂਲ ਹਾਰਡ ਹੋ ਜਾਂਦਾ ਵੈ ਔਰ ਬੰਦੇ ਨੂੰ ਬਿਨਾਂ ਕਿਸੇ ਕਾਰਨ ਤੋਂ ਕਨਸਟੀਪੇਸ਼ਨ ਹੋ ਜਾਂਦੀ ਹੈ ਕੋਸ਼ਿਸ਼ ਕਰੋ ਕਿ ਉਹ ਸਵੇਰੇ ਟਾਈਮ ਸਿਰ ਜਿਹੜਾ ਵਾ ਮੋਸ਼ਨ ਵਾਸਤੇ ਜਾਣ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਜੀ ਥੈਂਕ ਯੂ ਸੋ ਸਰ ਸੋ ਬਾਕੀ ਜਿਵੇਂ ਕਿ ਅਸੀਂ ਗੱਲ ਕੀਤੀ ਬਲੋਟਿੰਗ ਪੇਟ ਦੀ ਬਿਮਾਰੀਆਂ ਦੀ ਇੱਕ ਤਾਂ ਬਲੋਟਿੰਗ ਹੋ ਗਈ ਅਦਰਵਾਈਜ਼ ਮੇ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਜਿਹੜੇ ਆ ਬਿਲਕੁਲ ਜੀ ਇਸ ਤੋਂ ਅਗਲਾ ਕਾਮਨ ਇਸ਼ੂ ਜਿਹੜਾ ਪੇਟ ਦਾ ਕਾਫੀ ਕਾਮਨ ਮੈਂ ਉੱਥੇ ਦੇਖਿਆ ਵੀ ਜਿਹੜਾ ਅੱਜ ਦੀ ਡੇਟ 'ਚ ਬੜਾ ਇਹਦਾ ਉਹ ਹੈ ਫੈਟੀ ਲੀਵਰ ਓਕੇ ਹਾਂ ਫੈਟੀ ਲੀਵਰ ਇੱਕ ਐਸੀ ਚੀਜ਼ ਹੈ ਹਰ ਦੂਜਾ ਬੰਦਾ ਜਿਹੜਾ ਉਹ ਆ ਕੇ ਕਹੇਗਾ ਜੀ ਮੇਰਾ ਫੈਟੀ ਲੀਵਰ ਹੋ ਗਿਆ ਵਾ ਕਿਸੇ ਨੇ ਅਲਟਰਾਸਾਊਂਡ ਫੜਿਆ ਹੁੰਦਾ ਲੋਕੀ ਅੱਛਾ ਟੈਨਸ਼ਨ ਵੀ ਬੜੀ ਪਾਉਂਦੇ ਨੇ ਫੈਟੀ ਲੀਵਰ ਦੀ ਬਟ ਕਰਦੇ ਕੁਛ ਨਹੀਂ ਹੈ ਜਦਕਿ ਫੈਟੀ ਲੀਵਰ ਇੱਕ ਐਸੀ ਚੀਜ਼ ਹੈ ਜਿਹਨੂੰ ਦਵਾਈਆਂ ਤੋਂ ਵੱਧ ਲਾਈਫ ਸਟਾਈਲ ਜਿਹੜਾ ਵਾ ਬੈਟਰ ਕਰ ਸਕਦਾ ਹੁਣ ਫੈਟੀ ਲੀਵਰ ਹੈ ਕੀ ਹੈ ਬੇਸਿਕਲੀ ਜਦੋਂ ਆਪਾਂ ਲੀਵਰ ਦੇ ਕੋਲੋਂ ਪੂਰਾ ਫਾਇਦਾ ਨਹੀਂ ਲਵਾਂਗੇ ਲੀਵਰ ਪ੍ਰੋਪਰ ਜਿਹੜਾ ਵਾ ਉਹਨੂੰ ਯੂਟੀਲਾਈਜ਼ ਨਹੀਂ ਕਰਾਂਗੇ ਆਪਾਂ ਐਸਾ ਖਾਣਾ ਖਾਵਾਂਗੇ ਜਿਹਦੇ 'ਚ ਰਫੇਜ ਘੱਟ ਹੈ ਐਸਾ ਲਾਈਫ ਸਟਾਈਲ ਜੀਵਾਂਗੇ ਜਿਹਦੇ 'ਚ ਆਪਾਂ ਵਰਕ ਘੱਟ ਕਰ ਰਹੇ ਹਾਂ ਹੌਲੀ ਹੌਲੀ ਕੀ ਹੁੰਦਾ ਵੈ ਲੀਵਰ ਜਿਹੜਾ ਕਿ ਇੱਕ ਬੜਾ ਐਕਟਿਵ ਔਰਗਨ ਹੈ ਸਾਡੀ ਬੋਡੀ ਦਾ ਘੱਟ ਕੰਮ ਕਰਨ ਕਰਕੇ ਇਸ ਤਰ੍ਹਾਂ ਅਗਰ ਆਪਾਂ ਇੱਕ ਬੰਦਾ ਘੱਟ ਕੰਮ ਕਰੇਗਾ ਤਾਂ ਉਹਦਾ ਵੇਟ ਵਧਣਾ ਸ਼ੁਰੂ ਹੋ ਜਾਏਗਾ ਇਸੇ ਤਰੀਕੇ ਨਾਲ ਜਦੋਂ ਹੈਪੈਟੋਸਾਈਟ ਜਿਹੜੇ ਕਿ ਲੀਵਰ ਦੇ ਐਕਟਿਵ ਸੈੱਲਸ ਨੇ ਉਹਨਾਂ ਨੂੰ ਕੰਮ ਕਰਨ ਵਾਸਤੇ ਘੱਟ ਮਿਲਦਾ ਵੈ ਹੌਲੀ ਹੌਲੀ ਕਰਕੇ ਉਹ ਕੰਮ ਕਰਨਾ ਬੰਦ ਕਰਕੇ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿੰਦੇ ਅਤੇ ਉਹਨਾਂ ਦੀ ਜਗ੍ਹਾ 'ਤੇ ਫੈਟ ਆ ਜਾਂਦਾ ਵੈ ਉਹਨੂੰ ਕਹਿੰਦੇ ਨੇ ਫੈਟੀ ਲੀਵਰ ਸ਼ੁਰੂਆਤ 'ਚ ਫੈਟੀ ਲੀਵਰ ਹੋ ਜਾਣਾ ਇੱਕ ਬੜੀ ਕਾਮਨ ਜੀ ਚੀਜ਼ ਹੈ ਅਤੇ ਬੜੀ ਨੋਨ ਰਿਸਕੀ ਚੀਜ਼ ਹੈ ਜਿਹਨੂੰ ਕਿ ਆਪਾਂ ਅਗਰ ਆਪਣੀ ਵਾਕ ਵਧਾ ਦਿੰਦੇ ਹਾਂ ਪਾਣੀ ਦੀ ਕੰਜ਼ਮਪਸ਼ਨ ਵਧਾ ਦਿੰਦੇ ਹਾਂ ਇਸ ਤੋਂ ਇਲਾਵਾ ਕੁਝ ਹਰਬਸ ਨੇ ਕੌਮ ਜਿਹੜੀਆਂ ਆਮ ਮਿਲ ਜਾਂਦੀਆਂ ਨੇ ਜਿਹਦੇ 'ਚ ਕੁਟਕੀ ਹੈ ਭੂਮੀ ਆਂਵਲਾ ਹੈ ਭੂਮੀ ਆਂਵਲਾ ਤਾਂ US 'ਚ ਵੀ ਅਵੇਲੇਬਲ ਹੈ ਕੁਟਕੀ ਐਕਚੁਲੀ US 'ਚ ਇੰਨੀ ਈਜ਼ੀਲੀ ਅਵੇਲੇਬਲ ਨਹੀਂ ਹੈ ਕਿਉਂਕਿ ਵਾਈਲਡ ਲਾਈਫ ਇੰਡੇਂਜਰਮੈਂਟ ਐਕਟ ਦੇ ਅੰਦਰ ਜਿਹੜੀ ਕੁਟਕੀ ਹੈ ਉਹ US 'ਚ ਨਹੀਂ ਅਲਾਊਡ ਹੈ ਲੇਕਿਨ ਭੂਮੀ ਆਂਵਲਾ ਉੱਥੇ ਅਵੇਲੇਬਲ ਹੈ ਬ੍ਰਿੰਗ ਰਾਜ ਅਗੇਨ USA 'ਚ ਅਵੇਲੇਬਲ ਹੈ ਬ੍ਰਿੰਗ ਰਾਜ ਅਤੇ ਭੂਮੀ ਆਂਵਲਾ ਦੋ ਐਸੀਆਂ ਹਰਬਸ ਨੇ ਜਿਹੜੀਆਂ USA 'ਚ ਵੀ ਅਵੇਲੇਬਲ ਨੇ ਜਿਨ੍ਹਾਂ ਦਾ ਅਗਰ ਇਸਤੇਮਾਲ ਕੀਤਾ ਜਾਂਦਾ ਵੈ ਤਾਂ ਫੈਟੀ ਲੀਵਰ ਬੜੀ ਜਲਦੀ ਠੀਕ ਹੋ ਜਾਂਦਾ ਵੈ ਲੇਕਿਨ ਉਹਦੇ ਨਾਲ ਨਾਲ ਵਾਕ ਕਰਨੀ ਬੜੀ ਜ਼ਰੂਰੀ ਹੈ
अगर एक बंदा वॉक नहीं कर रहा वो जिन्नी मर्जी दवाइयां खा ले उसका फैटी लीवर ठीक नहीं होएगा, और अगर बंदा नाल वॉक कर रहा वे तो दो हर्ब्स भी बंदा अगर यूज करता वै बड़ी ईजी ईजली जरा वह फैटी लीवर जरा वो ठीक हो सकता है। तो वॉटर कंजम्पशन वधाओ, वॉक जरूर करो, भूमि आंवला तो भृंगराज दो कॉमन हर्ब्स ने जिड़िया तुम्हें यूएस भी मिल सकदिया ने, उन्होंने इस्तेमाल तुम करो ताकि फैटी लीवर ठीक हो सके। सब तो पहला फायदा जोड़ा फैटी लीवर ठीक करने तो होएगा वो है कि बॉडी च एनर्जी लैवल बढ़ जाएगा, क्योंकि लीवर साड़ी बॉडी का इंजन है। जिस तरह एक कार का जोड़ा इंजन ही है, अगर वो इंजन ही प्रॉपर काम नहीं कर रहा, गड्डी जिनी मर्जी सोहनी लग रही हो ना उसकी पिकअप होएगी ना उसकी एवरेज होएगी, उन्होंने प्रॉब्लम आन गया। ऐसे तरीके दे नाल जोड़ा लीवर है साड़ा वो साड़ी बॉडी का इंजन है। सारी की सारी बॉडी नू साडे खाधे पीते खाने के अंदरों प्रॉपर डाइजेशन करवा के न्यूट्रिएंट्स प्रोवाइड करना, साड़ी बॉडी नू एनर्जी प्रोवाइड करना, यह साडे लीवर का काम है। अगर लीवर ही हैल्दी नहीं है, फैटी हो गया वै, आप एक लो एनर्जी लैक ऑफ एनर्जी जी फील करांगे। आयुर्वेद च धातवाग्निया ते जठराग्नि दो चीज़ों की गल की जाती है, डाइजेस्टिव फायर ते मैटाबोलिक फायर, और यह मनिया जाता है कि साड़ी डाइजेस्टिव फायर साडे मैटाबोलिक फायर नू भी ताकत देती है, और साड़ी डाइजेस्टिव फायर डिपेंडेंट है साडे लीवर के उपर। इस करके अगर फैटी लीवर है घबराओ ना, उन्होंने बड़ी आराम नाल ठीक किया जा सकता वै, बट ये छोटिया छोटिया गाइडलाइनस फॉलो जरूर करो, वरना लोंग स्टेज जिहड़ा फैटी लीवर है और लीवर सिरोसिस भी कर सकता वै, जिहड़ा एक गंभीर रोग है जितों बचना चाहिए वै सानू। बिल्कुल जी। सो कई बार छोटी छोटी चीज़ा होंगे, हल्का फुल्का लाइफ स्टाइल चेंज जो ठीक हो जाता। पर सर गल करिए, क्योंकि हमेशा आप गल करते हैं कि छोटी छोटी चीज़ों असं इग्नोर करते रहने, कोई प्रॉब्लम आई, हैल्थ इशू भी आया, छोटी जी गल है, चलो कोई गल नहीं, छोटी मोटी दवाई ले लो, टैबलेट ले लो, ठीक है। हौली हौली वह प्रॉब्लम जी ज़्यादा वधन लग जाती है। तो जिमें कि यह तो चलो तुम दस दिता कि घरेलू ट्रीटमेंट के नाल बंदे नूं, पर तुम कदों सुजैसट करोगे कि हाँ हूँ प्रॉब्लम ज़्यादा वध गई हैगी, हूँ तो डॉक्टर को ही जाना पड़ेगा। बिल्कुल जी बिल्कुल। देखो एक स्टेज तो बाद सानूं घरेलू नुतकियां की जगह के उपर ट्रीटमेंट जिहड़ा वा करवाना चाहिए। वो स्टेज की है? ड्यूडेनाइटिस, जदों रैगूलरली एसिडिटी रहिंदी है। एक स्टेज के उपर अल्सरस, सीवियर गैस्ट्राइटिस हो सकता वै कि बंदे नूं सारा दिन पेट के उपले हिस्से जलन ते दर्द हुंदी रहे। दैन IBS, खाना खाधा, खाना खाने तो बाद प्रैशर हो गया कि मोशन जाना पैना वै। दैन ड्यूडेनाइटिस जिन्हों आपां ग्रहणी कहने हैं, बड़ा रिस्की डिजीज़ है। अल्सरेटिव कोलाइटिस, क्रॉन्स डिजीज़, लिवर सिरोसिस, वड्डियां वड्डियां बीमारियां दे नाम ने जिहड़ियां बनियां छोटियां छोटियां बीमारियां तो ही ने। आयुर्वेद च इन्हां नूं कहा जांदा निदानार्थक रोग, ऐसा रोग जिहड़ा पहले सिंपल है ते अगे किसी होर वड्डे रोग नूं पैदा कर रहा वै। अगर सानूं लगदा वै कि अल्सरेटिव कोलाइटिस, लिवर सिरोसिस, IBS इहो जी कोई भी गंभीर अवस्था पैदा हो रही है, तद भी तुसीं जिहड़े मैं नॉर्मल जिहड़ी गाइडलाइनस दस रहे इन्हां नूं फॉलो जरूर करो। बट उस केस च मेरी रिक्वेस्ट रहेगी 24/7 साढ़े डॉक्टर्स अवेलेबल ने तुहानूं हैल्प करन नूं, तुहानूं गाइड करन नूं। उस केस च तुसीं उन्हां दा सुजेशन जरूर लवो, क्योंकि आप कीती गई चीज़ भी बहुत जरूरी है, लेकिन जदों एक चीज़ एक रोग बन जाती है उदों प्रॉपर डॉक्टरी सलाह दे अंदर अगर आपां इलाज नहीं करांगे तो बहुत रिस्की हो सकता वै। बिल्कुल जी। सो अज गल की पेट दी बीमारियां दी असीं डिस्कस किया है, अदरवाइज भी कोई भी इशू हैगा आ तुसीं जी नंबर फ्लैश हो रहे ने इन्हां नंबर ते कॉल कर सकते हैगे। USA दे विच अलग अलग जगह ते सेंटर्स ने, उन्हां दे सेंटर्स दे प्रॉपर एड्रेस जिहड़े ने वो तुसी लै सकते इन्हां नंबर ते कॉल करके, कोई मेडिसिन घर बैठे मंगवा सकते हो। सो डॉक्टर साहब नूं जेकर मिलना हैगा ते 15 अगस्त तो बाद USA दे विच दोबारा तो विजिट करन वाले ने, सो तुसी उत्थे जाके उन्हां नूं मिल सकते, पर उहदे लई अपॉइंटमेंट जिहड़ी आ उह पहलां ही फिक्स करवानी पएगी इन्हां नंबर जो फ्लैश हो रहे ने इन्हां नंबर ते कॉल करके। सो थैंक यू सो मच सर। सत श्री अकाल जी। सो इसे दे नाल मैनूं प्रीत नूं ते मेरे नाल डॉक्टर नवदीप शर्मा जी नूं दे इजाजत। सत श्री अकाल।